ਲਗਾਤਾਰ ਪੰਜ ਵਾਰ ਵਿਧਾਨ ਸਭਾ ਚ ਪਹੁੰਚਣ ਵਾਲੀ ਬੀਬੀ ਰਜਿੰਦਰ ਕੌਰ ਪੱਠਲ ਦਾ ਜਨਮ 30 ਸਤੰਬਰ 1945 ਨੂੰ ਲਾਹੌਰ ਦੇ ਇੱਕ ਜੇਲ੍ਹ ਵਿੱਚ ਹੋਇਆ ਸੀ ਉਹਨਾਂ ਦਾ ਪੂਰਾ ਪਰਿਵਾਰ ਫਰੀडम फाइਟਰਸ ਦਾ ਰਿਹਾ ਹਾਲਾਂਕਿ ਇਸ ਵਾਰ ਉਹ ਵਿਧਾਨ ਸਭਾ ਨਹੀਂ ਪਹੁੰਚ ਸਕੇ ਲੇਕਿਨ ਅੱਜ ਵੀ ਉਹਨਾਂ ਦਾ ਜਿਹੜਾ ਕਦ ਹੈ ਬਹੁਤ ਵੱਡਾ ਹੈ ਪੰਜਾਬ ਦੀ ਸਿਆਸਤ ਵਿੱਚ ਉਹਨਾਂ ਨੂੰ ਪੰਜਾਬ ਦੀ ਆਇਰਨ ਲੇਡੀ ਵੀ ਕਿਹਾ ਜਾਂਦਾ ਹੈ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਬਾਰੇ ਔਰ ਖਾਸ ਕਰਕੇ ਜਿਹੜੀ ਸਰਕਾਰ ਪੰਜਾਬ 'ਚ ਇਹਨਾਂ ਦੀ ਬਣੀ ਹੈ ਪਾਰਟੀ ਦੀ ਉਸ ਪਰ ਇਹ ਗੱਲ ਕਰਾਂਗੇ ਉਹਦੀ ਕਾਰਜਕਾਰੀ ਬਾਰੇ ਮੈਡਮ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ ਨੰਬਰ .com ਦਾ ਧੰਨਵਾਦ ਜੀ ਮੈਮ ਤੁਹਾਡੀ ਇੰਟਰੋਡਕਸ਼ਨ ਦਿੱਤੀ ਫਾਈਵ ਟਾਈਮਸ ਤੁਸੀਂ ਐਮਐਲਏ ਰਹੇ ਹੋ ਲਗਾਤਾਰ ਔਰ ਇਸ ਵਾਰ ਕੀ ਫੈਕਟਰ ਸੀਗਾ ਕਿ ਮੈਂ ਜਿਹੜਾ ਰਿਜ਼ਲਟ ਹੈ ਆਸ ਮੁਤਾਬਕ ਨਹੀਂ ਆਇਆ ਤੁਹਾਡੇ ਪੰਜ ਵਾਰ ਤੋਂ ਮਤਲਬ ਛੇਵੀਂ ਵਾਰ ਲੜ ਰਹੀ ਸੀ 6 5 30 ਸਾਲ 30 ਸਾਲ ਤੁਸੀਂ ਜੇ ਘਰਦਿਆਂ ਦਾ ਵਿੱਚ ਇਹਦਾ ਦੇਖਦੇ ਹੋ ਤਾਂ ਅੱਕ ਜਾਂਦੇ ਆ ਲੇਕਿਨ ਇਨਸਪਾਈਟ ਆਫ ਆਲ ਥੀਸ ਜਿਹੜੀ ਤੁਸੀਂ ਗੱਲਾਂ ਅਸੀਂ ਕਰ ਰਹੇ ਆਂ ਕਿ ਪੰਜਵੀਂ ਵਾਰ ਹੋਏ ਛੇਵੀਂ ਵਾਰ ਹੋਏ ਐਕਚੁਅਲੀ ਮੈਂ ਛੇਵਾਰੰ ਮੈਲੇ ਰਹੇ ਹਾਂ ਇੱਕ ਵਾਰ ਤੋਂ ਨੋਟ ਲੇ ਰਹੇ ਹਾਂ ਪੰਜ ਵਾਰ ਇੱਥੋਂ ਰਹੀ ਆਂ ਇੱਥੋਂ ਕੰਟੀਨਿਊਸਲੀ ਛੇਵੀਂ ਵਾਰ ਲੜ ਰਹੇ ਸੀ ਸੋ ਬਹੁਤ ਸਾਰੇ ਫੈਕਟਰ ਸੀ ਕਿਤਾ ਮੇਜਰ ਫੈਕਟਰ ਸਾਡੇ ਜਿਹੜਾ ਸਰਸਾ ਦਾ ਸੀ ਕਿਉਂਕਿ ਸਰਸਾ ਦੀ ਬੋਟ ਸਭ ਤੋਂ ਵੱਧ ਮੇਰੇ ਹਲਕੇ ਚ 1.5 ਲੱਖ 1.5 ਸਰਸਾ ਸੱਚਾ ਸੋ ਤਾਂ 26000 ਵੋਟ ਹੈ ਮੇਰੇ ਹਲਕੇ ਚ ਸੋ ਹਮੇਸ਼ਾ ਸਾਡੇ ਦਾ ਪੱਕੇ ਸੀ ਔਰ ਇਸ ਵਾਰ ਜਦੋਂ ਜਦ ਤੱਕ ਲੜਨੀ ਸੀ ਕੀਤਾ ਤਾਂ ਇੰਨਾ ਭਾਰੀ ਇਕੱਠ ਜਿਹੜੇ ਰਿਕਾਰਡ ਤੋੜ ਜਦੋਂ ਮੈਂ 10 11 11 ਹਜ਼ਾਰ ਤੇ ਜਿੱਤੀਆਂ ਉਹਨੇ ਇਕੱਠ ਸੀ ਜਿਹਨੂੰ ਮੈਂ ਵੀ ਕੈਪਟਨ ਮਰਿੰਦਰ ਸਿੰਘ ਸਾਡੇ ਮੁੱਖ ਮੰਤਰੀ ਇਹ ਉੱਥੋਂ ਬਤੌਰ ਪ੍ਰਧਾਨ ਗਏ ਸੀ ਇਹ ਵੀ ਮੰਨਦੇ ਸੀ ਕਿ ਇਹੋ ਜੇ ਇਕੱਠ ਆਪਣੇ ਬਹੁਤ ਪਹਿਲਾਂ ਉਦੋਂ ਹੋਇਜੇ ਤਾਂ ਵੱਡੇ ਮਾਰਜ ਨਾਲ ਜਿੱਤੇ ਆ ਫੈਕਟਰ ਜਿਹੜਾ ਮੇਜਰ ਪਿਆ ਉਹ ਇਹੀ ਪਿਆ ਹੈਗਾ ਕਿ 4 ਦਿਨ ਪਹਿਲਾਂ ਸਾਡੇ ਡੇਰੇ ਨੇ ਜਿਹੜੀ 5 ਦਿਨ ਪਹਿਲਾਂ ਐਲਾਨ ਕਰਤਾ ਕਾਲੀ ਦਲ ਨੂੰ ਸਪੋਰਟ ਸਪੋਰਟ ਭਾਵੇਂ ਕਈ ਹੋਰ ਥਾਵਾਂ ਤੇ ਵੀ ਕੀਤੀ ਸੀ ਲੇਕਿਨ ਇੱਥੇ ਪਤਾ ਨਹੀਂ ਕਿਉਂ ਜਿਹੜਾ ਇਹ ਡੇਰਾ ਸੱਚਾ ਸਾਦਾ ਵਾਲਿਆਂ ਦਾ ਕੋਈ ਖਾਸ ਸੇਵਕ ਸੀ ਜੀ ਦੀ ਡਿਊਟੀ ਲੱਗੀ ਵੀ ਸੀ ਇੱਥੇ ਉਹ ਇਹਨਾਂ ਦਾ ਮੇਰੇ ਵਿਰੋਧੀ ਜਿਹੜੇ ਕੈਂਡੀਡੇਟ ਢੀਂਡ ਸੀ ਇਹਨਾਂ ਦਾ ਖਾਸ ਪਰਵਾਹਤ ਮੈਨੂੰ ਕੋਈ ਸਾਜ਼ਿਸ਼ ਵੀ ਹੋਈ ਹੋ ਸਕਦੀ ਹੈ ਉਹ ਉਹ ਸਾਜ਼ਿਸ਼ ਕੇ ਉਸ ਉਸ ਹੁਕਮਨਾਮੇ ਨੂੰ ਜਿਵੇਂ ਬਾਕੀ ਥਾਵਾਂ ਤੇ ਰੂਟੀਨ ਚ ਲਿਆ ਇੱਥੇ ਉਹਨੂੰ ਉਹਨਾਂ ਨੇ ਪ੍ਰਸ਼ਾਦ ਕਹਿ ਕੇ ਕਿ ਕਾਲੀ ਦਲ ਨੂੰ ਵੋਟ ਪਾਉਣੀ ਆ ਪ੍ਰਸ਼ਾਦ ਹੈ ਤੁਹਾਨੂੰ ਬਾਬਾ ਜੀ ਦਾ ਦੂਜੇ ਪਾਸੇ ਜਾਉਂਗੇ ਤਾਂ ਬਾਬਾ ਜੀ ਨੂੰ ਪਤਾ ਲੱਗ ਜਾਣਾ ਹੈ ਇਹਨੂੰ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਆਪਾਂ ਸਮਝਦੇ ਹੈਗੇ ਆਂ ਕਿ इमोਸ਼ਨਲੀ ਖਿੱਚ ਕੇ ਆ ਕੇ ਉਹਦੇ 26000 ਚੋਂ ਮੈਂ ਕਹਿੰਨੇ 13000 ਵੀ ਵੋਟ ਸਾਡੀ ਜੇ ਬਾਹਰ ਚਲੀ ਜਾਵੇ ਤਾਂ ਉਹ ਡਬਲ ਹੋ ਜਾਂਦੀ 25-26 ਵੱਢ ਜਾਂਦੀ ਹੈ ਸੋ ਇਹ ਫੈਕਟਰ ਜਿਹੜਾ ਹੈਗਾ ਉਹ ਡੇਰਾ ਸੱਚਾ ਸੌਦਾ ਹੈ ਖਾਸ ਕਰਕੇ ਇੱਕ ਨਵੀਂ ਪਾਰਟੀ ਸੀ ਇਸ ਵਾਰ ਆਮ ਆਦਮੀ ਪਾਰਟੀ ਔਰ ਜਿਹੜੇ ਕੈਂਡੀਡੇਟ ਸੀ ਉਹ ਤੁਹਾਡੇ ਰਹੇ ਹੋਏ ਤੁਹਾਡੀ ਪਾਰਟੀ ਜ ਤੁਹਾਡੇ ਸਾਥੀ ਰਹੇ ਹੋਏ ਉਹ ਵੀ ਨੁਕਸਾਨ ਹੋਇਆ 22000 ਜੋ ਵੋਟਸ ਉਹ ਤੇ ਜਿਹੜਾ ਕੋਈ ਗੱਲ ਨਹੀਂ ਕਰ ਉਨੀ ਵੋਟ ਪੈ ਜਾਂਦੀ ਹੁੰਦੀ ਹੈ ਉਹਦੇ ਵਿੱਚ ਸਾਡਾ ਵੀ ਨੁਕਸਾਨ ਹੋਇਆ ਕਿਉਂਕਿ ਸਾਡੀ ਪਾਰਟੀ ਨੂੰ ਬਿਲੋਂਗ ਕਰਦਾ ਸੀਗਾ ਸੋ ਦੂਜਿਆਂ ਦਾ ਵੀ ਹੋਇਆ ਲੇਕਿਨ ਮੇਜਰ ਜਿਹੜੀ ਚੀਜ਼ਾਂ ਨੇ ਉਹ ਜਾਂ ਤਾਂ ਡੇਰਾ ਸੱਚਾ ਸਾਦਾ ਵਾਲੀਆਂ ਜਾਂ ਜਿਹੜੀ ਮਿਸ ਯੂਜ਼ ਆਫ ਫਾਈਨੈਂਸ਼ੀਅਲ ਪਾਵਰ ਇਹਨਾਂ ਨੇ ਆਪਣੇ ਖਜ਼ਾਨਾ ਮੰਤਰੀ ਨੇ ਕੀਤੀ ਅੱਜ ਤੱਕ ਵੀ ਬੰਨਸਰ ਪਿੰਡਾਂ ਦੇ ਲੋਕ ਆਉਂਦੇ ਆ ਰੋਜ਼ ਦੱਸਦੇ ਆ ਵੀ ਇਧਰੋਂ ਉਧਰੋਂ ਸਾਰੇ ਤਰ੍ਹਾਂ ਦਾ ਪੈਸਾ ਸਿਰਫ ਵੋਟ ਦਾ ਨਜ਼ਰੀਆ ਰੱਖ ਕੇ ਪਿੰਗਾ ਪੰਚਾਇਤਾਂ ਫਿਰਨੀਆਂ ਪਿੰਨਾਂ ਦੇ ਵਿੱਚ ਪਾਈਪਾਂ ਖੇਤਾਂ ਨੂੰ ਪਾਣੀ ਪੋਣ ਦੇ ਹਰ ਥਾਂ ਤੇ ਅੱਜ ਵੀ ਤੁਸੀਂ ਜਾ ਕੇ ਅਗਰ ਟੀਵੀ ਲ ਜਾ ਕੇ ਆਪਣਾ ਦੇਖੋ ਕੈਮਰਾ ਉੱਥੇ ਉਹ ਪਾਈਪਾਂ ਸਿੱਟੀਆਂ ਪਈਆਂ ਕਿ ਥਰੰਡਰਗਰਾਉਂਡ ਪਾਣੀ ਦਿੰਦੇ ਆ ਸੋ ਮੈਂ ਸਮਝਦੀ ਹੈਗੀ ਆ ਕਿ ਇਹ ਜਿਹਨੂੰ ਆਪਾਂ ਮੈਲ ਪ੍ਰੈਕਟਿਸਿਸ ਕਹਿੰਦੇ ਆ ਇਹ ਇਸ ਸਰਕਾਰੀ ਤੌਰ ਤੇ ਇਹਨਾਂ ਨੇ ਇਸ ਚੂਜ਼ ਕੀਤੀ ਤੇ ਉਹ ਜਿਹੜਾ ਹੈਗਾ ਸੀ ਰਿਲੀਜੀਅਸ ਤੌਰ ਤੇ इमोਸ਼ਨਲੀ ਲੋਕਾਂ ਨੂੰ ਬਲੈਕਮਿਲ ਕੀਤੀ ਦੋ ਵੱਡੇ ਕਾਰਨ ਸੀ ਮੇਰੇ ਇਸ ਵਾਰ ਹਾਰਨ ਦੇ ਇੱਕ ਮੈਂ ਮੈਂ ਬੜਾ ਇੱਕ ਇੰਟਰਸਟਿੰਗ ਫੈਕਟ ਹੈ ਕਿ ਆਮ ਤੌਰ ਤੇ ਅਕਸਰ ਕਿਹਾ ਜਾਂਦਾ ਸੀਗਾ ਕਿ ਢੀਂਸਾ ਪਰਿਵਾਰ ਔਰ ਤੁਹਾਡੇ ਪਰਿਵਾਰ ਦੀ ਕੋਈ ਅੰਦਰ ਕਿਉਂ ਖਿਚੜੀ ਹੋਏ ਆ ਲੇਕਿਨ ਇਹ ਪਰਸੈਪਸ਼ਨ ਵੀ ਕਲੀਅਰ ਹੋ ਗਈ ਕਿ ਇਹੋ ਜਿਹਾ ਕੋਈ ਨਹੀਂ ਤੁਸੀਂ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਲੜ ਰਹੇ ਸੀ ਮੈਂ ਪਹਿਲੇ ਦਿਨ ਤੋਂ ਕਾਂਗਰਸ ਵਿੱਚ ਸੀ ਤੇ ਕਾਂਗਰਸ ਹਾਂ ਕਾਂਗਰਸ ਹੀ ਆਖਰੀ ਤੌਰ ਤੇ ਜਾਣਾਂ ਬੜੀ ਬੰਨ ਕਹਿ ਚੁੱਕੇ ਆ ਬੜੇ ਅਲੀਗੇਸ਼ਨ ਮੇਰੇ ਤੇ ਹੋਰ ਵੀ ਲੱਗਦੇ ਆਏ ਨੇ ਪਹਿਲਾਂ ਬਾਦਲਾ ਨਾ ਮਿਲੇ ਪਿਆ ਉਹ ਢੀਡਸਾ ਨਾ ਮਿਲੇ ਪਿਆ ਨੇ ਅਲੀਗੇਸ਼ਨ ਲਾਉਣ ਵਾਲਿਆਂ ਨੇ ਤਾਂ ਅਲੀਗੇਸ਼ਨ ਲਾਉਣੇ ਹੁੰਦੇ ਆ ਲੇਕਿਨ ਨਾ ਕਦੇ ਮਨੋਂ ਸਪਸ਼ਟ ਕਰਨ ਦੀ ਲੋੜ ਸਮਝੀ ਕਿਸੇ ਨੂੰ ਜਿਹੜੇ ਅਲੀਗੇਸ਼ਨ ਲਾਉਂਦੇ ਨੇ ਸਚਾਈ ਆਪਣੇ ਆਪ ਸਾਹਮਣੇ ਆ ਜਾਂਦੀ ਜਿਹੜੀ ਅੱਜ ਵੀ ਆਈ ਕਿ ਜੇ ਨੇੜੇ ਸੀ ਤਾਂ ਫਿਰ ਅਸੀਂ ਲੜਾਈ ਕਿਉਂ ਲੜੀ ਅਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੁੰਦੀ ਇਸ ਵੀ ਉਸ ਗੱਲ 'ਚ ਕੋਈ ਸਚਾਈ ਨਹੀਂ ਮੈਂ ਤੁਸੀਂ ਪਹਿਲੇ ਪੰਜਾਬ ਦੇ ਮਹਿਲਾ ਮੁੱਖ ਮੰਤਰੀ ਰਹੇ ਹੋ ਔਰ ਤੁਹਾਡੇ ਤੋਂ ਬਾਅਦ ਕੋਈ ਹੋਰ ਕਿਸੇ ਨੂੰ ਇਹੋ ਜਿਹਾ ਚਾਂਸ ਵੀ ਨਹੀਂ ਮਿਲਿਆ ਔਰ ਤੁਹਾਡੇ ਤੁਸੀਂ ਮੈਨੂੰ ਯਾਦ ਆ ਕਿ ਜਿਸ ਵੇਲੇ ਤੁਸੀਂ ਮੁੱਖ ਮੰਤਰੀ ਸੀ ਕਿਸਾਨਾਂ ਲਈ ਬਹੁਤ ਕੁਝ ਕੀਤਾ ਸੀ ਚਾਹੀਓ ਫਿਕਸ ਬਿਜਲੀ ਦਾ ਟਾਈਮ ਸੀਗਾ ਜਾਂ ਫ੍ਰੀ ਇਲੈਕਟ੍ਰਿਸਿਟੀ ਦੇਣ ਦੀ ਗੱਲ ਸੀ ਅੱਜ ਕਿਸਾਨ ਜਿਹੜਾ ਹੈ ਬਹੁਤ ਜ਼ਿਆਦਾ ਨਾਮੋਸ਼ੀ ਦੇ ਦੌਰ ਚੋਂ ਗੁਜ਼ਰ ਰਿਹਾ ਹੈ 100 ਤੋਂ ਜ਼ਿਆਦਾ ਸੁਸਾਈਡ ਇਸ ਨਵੀਂ ਸਰਕਾਰ 'ਚ ਹੋ ਗਈਆਂ ਨੇ ਕੀ ਚਾਹੀਦਾ ਹੈ ਸਰਕਾਰ ਨੂੰ ਕਰਜ਼ੇ ਵੀ ਮਾਫ਼ ਕਰਨ ਦੀ ਗੱਲ ਕੀਤੀ ਗਈ ਹੈ ਲੇਕਿਨ ਉਸ ਦੇ ਬਾਵਜੂਦ ਕਿਸਾਨ ਸੁਸਾਈਡ ਕਰ ਰਿਹਾ ਹੈ ਕੀ ਕਾਰਨ ਮੰਨਦੇ ਹੋ ਦੇਖੋ ਉਸ ਵੇਲੇ ਅੱਜ ਕਿੰਨੇ ਸਾਲ ਹੋ ਗਏ ਹੈ 96 ਵਿੱਚ ਮੈਂ ਸੀ ਐਮ ਸੀ ਉਸ ਵੇਲੇ ਮੈਨੂੰ ਇਹ ਅੱਜ ਦੀ ਜਿਹੜੀ ਤਕਲੀਫ ਸੀ ਕਿਸਾਨਾਂ ਦੀ ਜਾਂ ਪਰੇਸ਼ਾਨੀ ਜਾਂ ਪੰਜਾਬ ਦੀ ਸਰਕਾਰ ਦੇ ਸਾਹਮਣੇ ਚੁਣੌਤੀ ਸੀ ਇਹ ਮੈਨੂੰ ਉਸ ਵਕਤ ਨਜ਼ਰ ਆਉਂਦੀ ਸੀ ਇਸ ਕਾਰਨ ਕਰਕੇ ਕਿ ਖੇਤੀ ਪ੍ਰਧਾਨ ਸੂਬਾ ਇਹਦੇ ਤੇ ਅਸੀਂ ਬੋਝ ਵਰਡ ਨਗਰ ਦਾ ਹਲਕਾ ਨਹੀਂ ਕਰਾਂਗੇ ਇਸ ਲਈ ਮੈਂ ਤਰੀਕਾ ਕੱਢਿਆ ਸੀ 5 ਏਕੜ ਦਾ ਮੈਂ ਇੱਕ ਮਾਪ ਰੱਖਿਆ ਸੀ ਕਿ ਇਸ ਤੋਂ نیچے ਵਾਲੇ ਕਿਸਾਨਾਂ ਨੂੰ ਆ ਮਾਫ ਕਰਾਂਗੇ ਸੀ ਤੇ ਇਹਨਾਂ ਦੀਆਂ ਗਦਾਵਰੀਆਂ ਪੰਜ ਸੱਤ ਫੈਸਲੇ ਲਏ ਸੀਗੇ ਜਿਸ ਤਰੀਕੇ ਨਾਲ ਵੀ ਦੇਣਾ ਹੈ ਉਹ ਸਾਰਾ ਕੁਝ ਕਰਕੇ ਕਿਸਾਨਾਂ ਤੇ ਭਾਰ ਨਹੀਂ ਹੋ ਫਸਲਾਂ ਵੇਲੇ ਸਿਰਠਾਵਾਂਗੇ ਸੀ ਤੇ ਹਰ ਚੀਜ਼ ਦਾ ਖਿਆਲ ਰੱਖ ਕੇ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਜਾਵਾਂਗੇ ਉਹ ਰੱਖਿਆ ਸੀ ਲੇਕਿਨ ਅਨਫਾਰਚੂਨੇਟਲੀ ਉਸ ਦੇ ਉੱਤੇ ਸੱਤੋ ਬਾਅਦ ਕਾਲੀ ਦਲ ਦੀਆਂ ਸਰਕਾਰਾਂ ਆਈਆਂ ਹੁਣ ਵੀ 10 ਸਾਲ ਲਗਾਤਾਰੇ ਰਹੇ 96 ਤੋਂ ਬਾਅਦ ਵੀ ਕਾਲੀ ਦਲ ਵਾਲੇ ਆਏ ਸੰਤਮ ਇੱਕ ਟਰਮ ਹੀ ਮਿਲੀ ਨਾ 2002 ਤੋਂ 2047 ਉਹਦੇ ਵਿੱਚ ਇਹਨਾਂ ਨੇ ਇੰਨਾ ਕੁ ਚੁੰਬਰ ਘੜ ਤਾ ਕਿਸਾਨਾਂ ਦਾ ਇੱਕ ਤਾਂ ਫਸਲਾਂ ਦੀ ਚੱਕ ਚਕਾਈ ਵਿੱਚ ਇਹਨਾਂ ਦੀ ਲਾਪਰਵਾਹੀ ਕਾਲੀ ਦਲ ਦੀ ਸਰਕਾਰ ਦੀ ਆਈ ਜਿਹਦੇ ਕਾਰਨ ਸਾਰਾ ਭਾਰ ਪੈ ਗਿਆ ਜੇ ਫਸਲੀ ਰੁਲ ਗਈ ਜੇ ਉਹ ਫਸਲ ਤੁਹਾਡੀ ਆਪਣੀ ਇਹਨਾਂ ਨੇ ਚੱਕੀ ਹੋਈ ਨਹੀਂ بارشਾਂ ਚਲੀ ਗਈ ਸੋਕਾ ਪੈ ਗਿਆ ਫਲੱਡ ਆ ਗਏ ਉਹਨਾਂ ਵਿੱਚ ਕੋਈ ਇੰਤਜ਼ਾਮ ਬੇੜ ਸਰ ਕੀਤਾ ਨਹੀਂ ਮਦਦ ਨਹੀਂ ਕੀਤੀ ਤਾਂ ਕਿਸਾਨ ਕਿੱਥੇ ਜਾਊਗਾ ਵਿਚਾਰਾ ਇਸ ਲਈ ਇੱਕ ਕਾਰਨ ਇਹ ਸੀਗਾ ਦੂਜਾ ਇਹਨਾਂ ਨੇ ਜਿਹੜਾ ਕੀਤਾ ਕਾਲੀ ਦਲ ਨੇ ਨਵੀਂ ਰਵੈਤ ਪਾਤੀ ਕਿ ਸਾਰਿਆਂ ਦੀ ਬਿਜਲੀ ਮਾਫ ਕਰਨੀ ਹੈ ਉਸ ਵੇਲੇ ਇਹਨਾਂ ਨੇ ਕੀਤਾ ਮੁੜ ਕੇ ਕੰਟੀਨਿਊਸਲੀ ਚੱਲਦ ਰਹੇ ਜਿਆਦਾ ਸਮਾਂ ਕਾਲੀ ਦਲ ਦੇ ਕੋਲ ਹੀ ਰਹਾ ਇਸ ਕਾਰਨ ਕਰਕੇ ਕਿ ਉਹ ਭਾਰ ਆਰਥਿਕ ਤੌਰ ਤੇ ਪੈ ਗਿਆ ਔਰ ਕਈ ਐਸੀਆਂ ادارے ਸੀ ਫਾਈਨੈਂਸ ਦੇ ਜਿਹੜੇ ਸਾਨੂੰ ਪੈਸੇ ਦੇਣੇ ਚਾਹ ਵorld bank ਤੋਂ ਲਿਆਉਂਦੇ ਅਸੀਂ ਕਿ ਤੋ ਹੋਰ ਸਕੀਮਾਂ ਬਣਾ ਕੇ ਲਿਆਉਂਦੇ ਉੱਥੇ ਇੱਕ ਐਸਾ ਸਿਗਨਲ ਚੱਲਿਆ ਗਿਆ ਕਿ ਪੰਜਾਬ ਇਜ਼ ਅ ਵੈਰੀ ਰਿਚ ਸਟੇਟ ਇਹਨਾਂ ਨੂੰ ਪੈਸੇ ਲੋੜਦੇ ਸਭ ਦਾ ਸਭ ਕੁਝ ਮਾਫ ਕਰੀ ਜਾਂਦੇ ਆ ਸਾਡਾ ਉਸ ਪਾਸੇ ਵੀ ਸਾਰਾ ਬੰਦ ਹੋ ਗਿਆ ਸੋ ਮੈਂ ਸਮਝਦੀ ਹਾਂ ਕਿ ਅੱਜ ਬਹੁਤ ਹੀ ਬੁਰੀ ਹਾਲਤ ਵਿੱਚ ਪੰਜਾਬ ਦਾ ਕਿਸਾਨ ਖੁਦਕਸ਼ੀਆਂ ਦਾ ਰਿਕਾਰਡ ਕੱਟ ਕੇ ਦੇਖੋਗੇ ਤੇ ਉਹ ਕਾਲੀ ਦਲ ਦੇ ਸਮੇਂ ਵਿੱਚ ਜ਼ਿਆਦਾ ਵਧਿਆ ਹੈਗਾ ਸਾਡੇ ਪ੍ਰਧਾਨ ਕਾਂਗਰਸ ਪਾਰਟੀ ਦੇ ਕੈਪਟਨ ਮਿੰਦਰ ਸਿੰਘ ਨੇ ਮੁਖੰਮਦਾਬ ਬਣਾਇਆ ਔਰ ਇਹਦੇ ਤੇ ਅੱਜ ਵੀ ਕੰਮ ਕਰ ਰਹੇ ਆ ਅਸੀਂ ਅਸੀਂ ਕਿਸਾਨ ਦੀ ਬਾਹ ਫੜ ਕੇ ਕਿਸਾਨ ਨੂੰ ਬਚਾਉਣ ਦੀ ਸਾਡੀ ਕੋਸ਼ਿਸ਼ ਹੈ ਚਾਹੇ ਉਹ ਕਿਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਅੱਜ ਕਰਜ਼ੇ ਦੀ ਮਾਫੀ ਦੀ ਗੱਲ ਕਰਦੇ ਆ ਜਾਂ ਹੋਰ ਰੈਤਾਂ ਦੇਣ ਦੀ ਗੱਲ ਕਰਦੇ ਆ ਜਾਂ ਕੋਈ ਸੈਟਅਪ ਹੈ ਜੇ ਕੋਈ ਐਨਆਰਆਈ ਦਾ ਜਾਂ ਹੋਰ ਜਿੰਨਾਂ ਰਾਹੀਂ ਇਹਨਾਂ ਦੀ ਮਦਦ ਕੀਤੀ ਜਾ ਸਕੇ ਅਰੇ ਇਸੇ ਤਰੀਕੇ ਨਾਲ ਫਸਲਾਂ ਦੀ ਢੋਟ ਵਾਈ ਕਿ ਜਿਹੜੀ ਫਸਲ ਆ ਗਈ ਉਹਦੇ ਨਾਲ ਆਪਣਾ ਸੀਜ਼ਨ ਦੇ ਤੱਕਾ ਖਾਸ ਕਰਨ ਕਣਕ ਹੈ ਚਾਹੇ ਉਹ ਚੌਲ ਆਏ ਵੇ ਉਹਦੇ ਵਿੱਚ ਮੈਂ ਕਿ ਮबारकबाद ਦਿੰਨੀ ਆ ਕਾਂਗਰਸ ਪਾਰਟੀ ਸਰਕਾਰ ਨੂੰ ਕਿ ਇਹਨਾਂ ਨੇ ਵੇਲੇ ਸਰ ਲਿਫਟਿੰਗ ਹੋਈ ਹੈ ਮਿਲਿਸਰ ਵਾਰਦਾ ਨੇ ਦੀ ਕੁਛ ਗੱਲ ਨਹੀਂ ਕੋਈ ਕਿਸਾਨ ਨੂੰ ਮੰਡੀਆਂ ਚ ਰਹਿਣਾ ਨਹੀਂ ਪਿਆ ਇਹ ਪਹਿਲਾ ਪਹਿਲਾ ਫਸਲ ਦਾ ਵਾਦਾ ਪੂਰਾ ਕੀਤਾ ਜਿਹੜਾ ਸੀ ਨਾਲ ਦੀ ਨਾਲ ਔਰ ਜਿਹੜਾ ਇਹਨਾਂ ਨੇ ਨਾਲ ਹੀ 1-5 ਏਕੜ ਤੱਕ ਜਾਂ 7 ਏਕੜ ਤੱਕ ਕਿਸਾਨਾਂ ਦਾ ਕਿਹਾ ਹੈ ਕਰਜ਼ੇ ਮਾਫੀ ਦੀ ਗੱਲ ਚਲਾਈ ਹੈ ਜਾਂ ਹੋਰ ਕੋਈ ਨਾਲ ਜਿਹੜੀਆਂ ਮਦਦ ਕਰਨ ਵਾਲੀਆਂ ਡਿਪੈਂਡ ਸਕੀਮਾਂ ਨੇ ਉਹ ਚਲਾਈਆਂ ਨੇ ਉਹਦੇ ਵਿੱਚ ਸਾਡੀ ਪ੍ਰਾਇੋਰਟੀ ਹੈ ਮੈਂ ਸਮਝਦਿਆਂ ਕਿ ਛੇਤੀ ਮਸਲਾ ਹੱਲ ਕਰ ਲਵਾਂਗੇ ਤੁਸੀਂ ਮੁੱਖ ਮੰਤਰੀ ਰਹੇ ਹੋ ਔਰ ਦਾ 100 ਦਿਨ ਹੋ ਗਏ ਹੈ ਸਰਕਾਰ ਤੁਹਾਡੀ ਨੂੰ ਕੀ ਲੱਗ ਰਿਹਾ ਕਿ ਬੜੇ ਬੜੇ ਵੱਡੇ ਵਾਅਦੇ ਕੀਤੇ ਸੀਗੇ ਪਬਲਿਕ ਦੇ ਨਾਲ ਉਹ ਸਾਰੇ ਵਫਾ ਹੋ ਰਹੇ ਨੇ 100 ਦਿਨਾਂ ਚ ਤਾਂ ਇੱਕ ਅਸੈਂਬਲੀ ਬਣ ਕੇ ਉੱਠੇ ਉਹ 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 ਟਾਈਮ ਵੀ ਅਸੀਂ ਤਾਂ ਪੁੱਛੋ ਤੁਹਾਡੇ ਮੋਦੀ ਬਣਿਆ ਜਾਂ ਬਾਦਲ ਬਣਨੇ ਇਹ ਤਾਂ 10-10 ਸਾਲਾਂ ਦਾ ਹਿਸਾਬ ਨਹੀਂ ਦੇ ਸਕੇ ਸਾਡਾ 100 ਦਿਨ 100 ਦਿਨਾਂ ਚ ਇੰਨੇ ਇਨ ਪ੍ਰਿੰਸੀਪਲ ਹੀ ਫੈਸਲੇ ਲੈਣੇ ਮੈਂ ਕਹਿੰਦੀ ਕੋਈ ਛੋਟੀ ਜੀ ਗੱਲ ਨਹੀਂ ਹੈ ਜਿਸ ਤਰੀਕੇ ਨਾਲ ਅਸੀਂ ਫਾਈਨੈਂਸ ਨੂੰ ਕਿੱਥੋਂ ਪ੍ਰੋਪਰਟੀ ਕਰਨਾ ਹੈਗਾ ਅੱਡ-ਅੱਡ ਡਿਪਾਰਟਮੈਂਟਸ ਦਾ ਕੰਮ ਕਿੱਥੋਂ ਕਰਨਾ ਹੈਗਾ ਪਲਾਨਿੰਗ ਕੀ ਕਰਨੀ ਹੈਗੀ ਹੈ ਚੀਜ਼ਾਂ ਕਿੱਥੋਂ ਲੈ ਕੇ ਆਉਣੀ ਐ ਕਿਹੜੀ ਕਿਹੜੀ ਚੀਜ਼ ਦੀ ਪਾਲਿਸੀ ਬਣਾਉਣੀ ਐ ਚਾਹੇ ਉਹ ਅੱਡ ਸਾਡੇ ਕੋਲ ਪਾਲਿਸੀਜ਼ ਬਣ ਰਹੀਆਂ ਨੇ ਦਿੱਤਾ ਬਜਰੀ ਦੀ ਗੱਲ ਹੈ ਨਸ਼ਿਆਂ ਦੀ ਗੱਲ ਹੈਗੀ ਹੈ ਵੱਡੇ ਵੱਡੇ ਇਸ਼ੂ ਜਿਹੜੇ ਸਾਡੇ ਪੰਜਾਬ ਦੀ ਜਵਾਨੀ ਕਿਸਾਨੀ ਤੇ ਪੰਜਾਬ ਨੂੰ ਖਾ ਰਿਹਾ ਹੈ ਉਹਨਾਂ ਨੂੰ ਹੱਥ ਪਾਉਣਾ ਕੋਈ ਖਾਲਾ ਜੀ ਦਾ ਬੜਾ ਨਹੀਂ ਲੇਕਿਨ ਹਰ ਇੱਕ ਪੁਆਇੰਟ ਦੇ ਉੱਪਰ ਸਾਡਾ ਕੰਮ ਸ਼ੁਰੂ ਹੋ ਕੇ ਸਟਾਰਟ ਹੋ ਗਿਆ ਟਾਈਮ ਤਾਂ ਲੱਗਦਾ ਹੀ ਹੁੰਦਾ 100 ਦਿਨ ਦੇ ਵਿੱਚ ਕੀ ਕੀ 100 ਦਿਨ ਦੇ ਵਿੱਚ ਕਰ ਸਕਦਾ ਕੋਈ ਬੰਦਾ ਜਾਦੂ ਦੀ ਛੜੀ ਤਾਂ ਹੈ ਨਹੀਂ ਅਕਸਰ ਤਾਂ ਟਾਈਮ ਮੰਗਦਾ ਹੈ ਨਾ ਹਰ ਪ੍ਰੋਪੋਜ਼ਲ ਹਰ ਸਕੀਮ ਬਣਦੀ ਹੈ نیچے ਪਹੁੰਚਦੀ ਹੈ ਜਾਂਦੀ ਹੈ ਉਹਦੇ ਲਈ ਇੰਤਜ਼ਾਮ ਕਰਨੇ ਹੁੰਦੇ ਆ ਸਾਰਾ ਕੁਝ ਇਸ ਵਿਗਾੜੇ ਹੋਏ ਜਿਹੜੇ ਪੰਜਾਬ ਦੇ ਹਾਲਾਤ ਨੇ ਪੰਜਾਬ ਦਾ ਸਾਰੇ ਧੰਦਿਆਂ ਦੇ ਉੱਪਰ ਮੜਾ ਆਸਰ ਪਿਆ ਹੋਇਆ ਹੈਗਾ ਇਹ ਇੱਕ ਕੈਂਸਰ ਦੀ ਬਿਮਾਰੀ ਨੂੰ ਭੈੜਾ ਜੀ ਨੂੰ ਕਹਿੰਨੇ ਆ ਇਹ ਵੈਂਟੀਲੇਸ਼ਨ ਤੇ ਹੈ ਆਕਸੀਜਨ ਤੇ ਲੱਗੇ ਹੋਏ ਆ ਇਹਨੂੰ ਠੀਕ ਕਰਨ ਵਾਸਤੇ ਟਾਈਮ ਤਾਂ ਚਾਹੀਦਾ ਹਰ ਪੇਸ਼ੈਂਟ ਨੂੰ ਟਾਈਮ ਚਾਹੀਦਾ ਹੁੰਦਾ ਹੈ ਪੰਜਾਬ ਕਾਲੀਆਂ ਨੇ ਇੱਕ ਪੇਸ਼ੈਂਟ ਐ ਐਸਾ ਬਣਾਤਾ ਜਿਹਨੂੰ ਐਮਰਜੈਂਸੀ ਬਾੜ ਤੋਂ ਬਿਗਿਆ ਆਈਸੀਯੂ ਚ ਪਹੁੰਚਾਇਆ ਬੈ ਸੋ ਇਹਨੂੰ ਬਚਾਉਣ ਲਈ ਟਾਈਮ ਚਾਹੀਦਾ ਪਰ ਮੈਨੂੰ ਪੂਰਾ ਯਕੀਨ ਹੈ ਮੇਰੀ ਆਪਣੀ ਪਾਰਟੀ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਇਹਨੂੰ ਹੱਲ ਕਰੂਗੀ ਔਰ ਮੁੜ ਕੇ ਪੰਜਾਬ ਦੇ ਵਿੱਚ ਰੌਣਕਾਂ ਆਉਣਗੀਆਂ ਪੰਜਾਬ ਦੇ ਲੋਕ ਪਹਿਰਾ ਸਰ ਹੋਣਗੇ ਡਾਕਟਰਸ ਕੈਪੇਬਲ ਨਹੀਂ ਜਿਨ੍ਹਾਂ ਕੋਲ ਪੇਸ਼ੈਂਟ ਸੇਫਤਾ ਨਹੀਂ ਐਗਜ਼ੈਕਟਲੀ ਸੈਂਸੈਰਿਟੀ ਔਰ ਦੂਰਦਰਸ਼ੀ ਔਰ ਆਪਣਾ ਰابطਾ ਰੱਖਣਾ ਇਹ ਸਾਰੀਆਂ ਗੱਲਾਂ ਦੇ ਵਿੱਚ ਪ੍ਰਸ਼ਾਸਨਿਕ ਤੌਰ ਤੇ ਮੈਂ ਸਮਝਦੀ ਹਾਂ ਕੈਪਟਨ ਮਰਦ ਸਿੰਘ ਜੀ ਬਹੁਤ ਐਕਸਪਰਟ ਨੇ ਔਰ ਇਸ ਤਰੀਕੇ ਨਾਲ ਇਹਦਾ ਹੱਲ ਜ਼ਰੂਰ ਹੋ ਕੱਢਣਗੇ ਲੋਕਾਂ ਨੂੰ ਵੀ ਇਹਨਾਂ ਉੱਤੇ ਭਰੋਸਾ ਹੈ ਸਾਨੂੰ ਸਾਰਿਆਂ ਨੂੰ ਭਰੋਸਾ ਹੈ ਕਿ ਇਸ ਵਕਤ ਪੰਜਾਬ ਦੀ ਬਾਹ ਫੜ ਕੇ ਮੁਸ਼ਕਿਲ ਦੇ ਦਰਿਆ ਚੋਂ ਕੱਢਣ ਗਿਆ 40-50 ਸਾਲ ਤੋਂ ਤੁਸੀਂ ਰਾਜਨੀਤੀ ਦੇ ਵਿੱਚੋਂ ਪੰਜਾਬ ਦੀ ਔਰ ਬੜੇ ਉਤਰਾ ਚੜਾ ਦੇਖੇ ਹੋਣਗੇ ਬਹੁਤ ਕੁਝ ਦੇਖਿਆ ਹੋਵੇਗਾ ਪੰਜਾਬ ਦੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਉਹ ਦੇਖਦੇ ਹੋਗੇ ਕੀ ਡਿਫਰੈਂਸ ਦੇਖਦੇ ਹੋ ਤੁਸੀਂ ਪੁਰਾਣੀ ਜਿਹੜੇ ਹੁੰਦੇ ਸੀਗੇ ਪੋਲਿਟਿਕਸ ਪੰਜਾਬ ਦੀ ਔਰ ਅੱਜ ਦੀ ਰਾਜਨੀਤੀ ਜਿਹੜੀ ਜਮੀਨ ਸਮਾਨ ਦਾ ਫਰਕ ਹੈ ਰਾਣੇ ਜ਼ਮਾਨੇ ਵਿੱਚ ਕੁਛਕਦਰ ਨਾ ਕੀਮਤਾ ਸੀ ਜਿਹਦੇ ਵਿੱਚ ਕੱਲੀ ਮੈਂ ਇਹ ਨਹੀਂ ਕਹਿੰਦੀ ਕਿ ਕਿਸੇ ਪਾਰਟੀ ਜਾਂ ਸਰਕਾਰ ਕੱਲੇ ਦਾ ਨੁਕਸਾਨ ਸਮਾਜ ਦੇ ਵਿੱਚ ਵੀ ਕੋਈ ਬਰਾਬਟਾ ਬਰਾਈ ਆਈ ਹੈ ਬਰਾਬਟਾ ਗਈ ਹੈ ਉਸ ਵੇਲੇ ਦੀਆਂ ਕਦਰਾਂ ਕੀਮਤਾਂ ਜੋ ਜਨਰਲ ਇੱਕ ਹਵਾਈ ਅਸੀ ਬਣ ਜਾਵੇ ਅੱਜ ਅਪੋਰਚੂਨਿਜ਼ਮ ਦਾ ਜ਼ਮਾਨਾ ਆ ਗਿਆ ਸੋ ਲੰਬੀ ਸੋਚ ਵਾਲੇ ਕੋਈ ਰਹੇ ਨਹੀਂ ਲੋਕ ਉਦੋਂ ਸਿਆਸਤ ਲਈ ਪਾਰਟੀ ਲਈ ਦੇਸ਼ ਲਈ ਲੋਕ ਕੰਮ ਕਰਦੇ ਸੀ ਅੱਜ ਜਿਹੜੀ ਸੋਚ ਆ ਗਈ ਹੈ ਨਿਘਾਰ ਆ ਗਿਆ ਹੈ ਰਾਜਨੀਤੀ ਦੇ ਵਿੱਚ ਨਿਘਾਰ ਆ ਗਿਆ ਇੱਕ ਪਾਰਟੀ ਦੀ ਗੱਲ ਨਹੀਂ ਮੈਂ ਕਿਸੇ ਦੀ ਕਰਤੀ ਸਾਰਿਆਂ ਵਿੱਚ ਨਿਘਾਰ ਆਇਆ ਲੇਕਿਨ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਜੇ ਨਿਘਾਰ ਆਇਆ ਤਾਂ ਉਹ ਕਾਲੀ ਦਲ ਦੇ ਸਮੇਂ ਚ ਆਇਆ ਜਿਵੇਂ ਮੈਂ ਪਹਿਲਾਂ ਦੱਸਿਆ ਕਿ 96 ਤੋਂ ਬਾਅਦ ਤੋਂ ਲੈ ਕੇ ਵੀ ਹੁਣ ਤੱਕ 15 ਸਾਲ ਕਾਲੀ ਦਲ ਦਾ ਰਾਜ ਰਿਹਾ ਵਿੱਚੋਂ ਸਿਰਫ 5 ਸਾਲ ਸਾਨੂੰ ਮਿਲਿਆ 15 ਸਾਲ ਵਿੱਚ ਇੰਨਾ ਨਿਗਾਰ ਆ ਗਿਆ ਸਾਰੀ ਬਿਊਰੋਕ੍ਰੇਸੀ ਨੂੰ ਰਾਜਨੀਤਿਕ ਬਣਾਤਾ ਇਹਨਾਂ ਨੇ ਰਾਜਨੀਤਿਕ ਅਦਾਰੇ ਬਣਾਤੇ ਥਾਣਿਆਂ ਦੇ ਵਿੱਚ ਜਥੇਦਾਰਾਂ ਦਾ ਰਾਜ ਬਣਾਤਾ ਸੀ ਹਲਕਾ ਇੰਚਾਰਜਾਂ ਦਾ ਜਿਨ੍ਹਾਂ ਨੂੰ ਸਾਡੀ ਫਰਮ ਪਾਰਟੀ ਸਿਧਾਰ ਰਹੀ ਹੈ ਉਹ ਬਣਾ ਕੇ ਉੱਤੇ ਮਨਮਾਨੀਆਂ ਹੋ ਰਹੀਆਂ ਸੀਗੀਆਂ ਔਰ ਇਹਨਾਂ ਨੇ ਇਸ ਤਰੀਕੇ ਦੇ ਨਾਲ ਮਿਸਯੂਜ਼ ਕੀਤਾ ਫਾਈਨੈਂਸ ਦਾ ਔਰ ਮੈਂ ਸਮਝਦੀ ਹਾਂ ਕਿ ਲੋਕਾਂ ਨੂੰ ਜਿਹੜੀਆਂ ਸਕੀਮਾਂ ਦਾ ਪੈਸਾ ਆਉਣਾ ਸੀ ਉਹਨੂੰ ਡਾਇਵਰਸ਼ਨ ਕਰਕੇ ਔਰ ਉਸ ਪੈਸੇ ਨੂੰ ਕਿਸੇ ਨਾ ਕਿਸੇ ਪਾਸੇ ਡਾਇਵਰਟ ਕਰਕੇ ਉਹ ਸਾਰੀਆਂ ਚੀਜ਼ਾਂ ਨਾਲ ਜਾਂ ਇਸ ਚੂਜ਼ ਕਰਕੇ ਇਹਨਾਂ ਨੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਔਰ ਰਿਲੀਜੀਅਸ ਤੌਰ ਤੇ ਇੱਕ ਬਹੁਤ ਵੱਡੀ ਮੈਂ ਸਮਝਦੀ ਹਾਂ ਕਿ ਇਹਨਾਂ ਲੋ ਲੈ ਗਏ ਐ ਸਿਆਸਤ ਨੂੰ ਕਾਲੀ ਦਲ ਵਾਲੇ ਕਿ ਉਹਦਾ ਮੋੜਾ ਪਾਉਣਾ ਟਾਈਮ ਵਕਤ ਲੱਗੂਗਾ ਸਾਰਾ ਠੀਕ ਹੋਊਗਾ ਸਾਡੀ ਪਾਰਟੀ ਸਿਧਾਂਤਾਂ ਦੀ ਪਾਰਟੀ ਹੈ ਔਰ ਸੈਕੂਲਰਿਜ਼ਮ ਦੀ ਸੋਚ ਰੱਖਦੀ ਹੈ ਇਸ ਲਈ ਸਾਡੀ ਪਾਰਟੀ ਇਹ ਜੀਆਂ ਜਿਹੜੀਆਂ ਛੋਟੀਆਂ ਤੇ ਮੌਕਾਪਰਸ ਸਕੀਮਾਂ ਦਾ ਪਸਾਰ ਇੱਥੇ ਕਾਲੀ ਦਲ ਨੇ ਕੀਤਾ ਪੰਜਾਬ ਚ ਉਹਨਾਂ ਤੋਂ ਅਸੀਂ ਆਪਣੀ ਪਾਰਟੀ ਨੂੰ ਬਚਾ ਕੇ ਔਰ ਪੰਜਾਬ ਨੂੰ ਬਚਾ ਕੇ ਬਾਹਰ ਕੱਢਾ ਨਹੀਂ ਜੋ ਸਿਆਸਤ ਚ ਨਿਗਾਰਾ ਰਹਾ ਹੈ ਸ਼ਾਇਦ ਉਹੀ ਵਜ੍ਹਾ ਸੀ ਉਹਦੇ ਕਰਕੇ ਇੱਕ ਨਵੀਂ ਪਾਰਟੀ ਪੰਜਾਬ ਦੀ ਹੋਣ ਚਾਹੀ ਸੀ ਆਮ ਆਦਮੀ ਪਾਰਟੀ ਕੀ ਸੋਚਦੇ ਹੋ ਇਸ ਪਾਰਟੀ ਬਾਰੇ ਕਿ ਅਗਲੇ 5 ਸਾਲ ਇਹ ਪਾਰਟੀ ਕਿਵੇਂ ਸਰਵਾਈਵ ਕਰੇਗੀ ਅਸੀਂ ਦੇਖਿਆ ਕਿ ਆਪਸ ਚ ਬਹੁਤ ਜ਼ਿਆਦਾ ਕਿਚੋੜਾਂ ਚੱਲ ਰਹੀ ਹੈ ਇਸ ਪਾਰਟੀ ਚ ਮੈਂ ਤਾਂ ਇਹਨੂੰ ਕਦੇ ਪਾਰਟੀ ਨਹੀਂ ਸਮਝਿਆ ਮੈਂ ਤਾਂ ਇਹ ਕੇਜਰੀਵਾਲ ਤੇ ਪ੍ਰਾਈਵੇਟ ਲਿਮਟਿਡ ਕੰਪਨੀ ਸਮਝਦੀ ਹੁੰਨੀ ਆ ਕਿਉਂਕਿ ਜਿਸ ਪਾਰਟੀ ਦਾ ਕੋਈ ਪਾਲਿਸੀ ਨਹੀਂ ਕੋਈ ਵजूद ਨਹੀਂ ਕੋਈ ਐਕਸਪੀਰੀਅੰਸ ਨਹੀਂ ਔਰ ਇਹਦਾ ਹਾਲ ਠੀਕ ਹੈ ਨਵਾਂ ਨਵਾਂ ਤਜਰਬਾ ਕਰਨ ਲਈ ਹਰੇਕ ਕਈ ਵਾਰੀ ਸਾਡੀ ਨਵੀਂ ਜਨਰੇਸ਼ਨ ਆ ਜਾਂਦੀ ਹੈ ਕਿ ਨਵਾਂ ਤਜਰਬਾ ਦੇਖੋ ਨਵਾਂ ਨਵਾਂ ਉਸ ਪਾਸੇ ਨੂੰ ਹੋ ਜਾਂਦੇ ਨੇ ਜਿਹਦਾ ਨੁਕਸਾਨ ਉਹਨਾਂ ਨੂੰ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਚੱਲਣਾ ਨਹੀਂ ਹੁੰਦਾ ਜਿਹਨੂੰ ਆਪਾਂ ਕਹਿਆ ਨਾ ਪੰਜਾਬ ਦੇ ਵਿੱਚ ਇੱਕ ਖੌਤ ਮਸ਼ੂਰ ਹੈ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਉਸ ਦੀ ਤਰ੍ਹਾਂ ਇਹ ਪਾਰਟੀ ਆਈ ਵੀ ਤੇ ਚਲੀ ਵੀ ਗਈ ਇਹ ਉਹਦੇ ਚਾਰ ਸੀਟਾਂ ਜਤਾ ਬੈਠੇ ਪਾਰਲੀਮੈਂਟ ਦੇ ਵਿੱਚ ਲੇਕਿਨ ਹੁਣ ਇਹਨਾਂ ਨੂੰ ਇਹ ਸੀ ਕਿ ਸਾਡੀ ਸਰਕਾਰ ਬਣੀ ਪਈ ਹੈ ਕਿੱਥੇ ਖੜੇ ਨੇ ਆ ਵੀ ਜਿਹੜੇ ਲੈ ਗਏ ਕਿਸ ਤਰ੍ਹਾਂ ਲਾਲਜ ਦੇ ਨਾਲ ਬਾੜੀਆ ਮੋਟੀਆਂ ਸੀਟਾਂ ਕਰਕੇ ਵੀ ਕਾਲੀ ਦਲ ਦੇ ਜਾਦੇ ਨਿਗਾਰਾ ਹੋਣ ਦੇ ਕਰਕੇ ਇੱਥੇ ਲੈ ਗਏ ਨੇ ਇਹ ਕੋਈ ਅਸੀ ਪਾਰਟੀ ਨਹੀਂ ਔਰ ਇਹ ਇਹਦੇ ਤੇ ਜਿੰਨੀ ਛੇਤੀ ਆਈ ਹੈ ਉਨਨੀ ਛੇਤੀ ਗਈ ਹੈ ਡਿਫਰੈਂਸਸ ਆਫ opinion ਹੈ ਪੰਜਾਬ ਤੇ ਪੰਜਾਬੀਆਂ ਦੇ ਬਾਰੇ ਇਸ ਪਾਰਟੀ ਦੇ ਮੋਡੀਆਂ ਦੇ ਉੱਪਰ ਨਫ਼ਰਤ ਹੈ ਜਿਹੜੇ ਸੈਂਟਰਲ ਲੈਵਲ ਤੇ ਇਹਨਾਂ ਦੀ ਟੀਮ ਕੰਮ ਕਰ ਰਹੀ ਹੈ ਇਹਨਾਂ ਨੇ ਪੰਜਾਬੀਆਂ ਤੇ ਵਿਸ਼ਵਾਸ ਹੀ ਨਹੀਂ ਕੀਤਾ ਕਿਸੇ ਪੰਜਾਬੀ ਦੇ ਨਾਲ ਬਣਦਾ ਹੱਕ ਨਹੀਂ ਦਿੱਤਾ ਸਿਰਫ ਇਹ ਰੱਖ ਕੇ ਕਿ ਇੱਕ ਨਾਂ ਦਾ ਬੰਦਾ ਖੜਾ ਕਰ ਦਿਓ ਤਾਂ ਕਿ ਪਿਛੋਂ ਜਾ ਕੇ ਸ਼ਿਕਾਬਜ ਕਰੀਏ ਇਹ ਲਾਲਚ ਜਿਹੜਾ ਸੀ ਕੇਜਰੀਵਾਲ ਜਿੱਤਾ ਸਪਨਾ ਲਾਓ ਝੂਠਾ ਸਪਨਾ ਲਾਓ ਕਿ ਪੰਜਾਬ ਦੇ ਉੱਤੇ ਮਹਾਰਾਜ ਕਰੂੰਗਾ ਉਹਨੇ ਡੁੱਬਿਆ ਕਿਉਂਕਿ ਉਹ ਸਿਰਫ ਆਪਣੇ ਤੇ ਆਪਣੀ ਕੁਰਸੀ ਦੀ ਸੋਚਦੇ ਆ ਪਹਿਲਾਂ ਦਿੱਲੀ ਵਿੱਚ ਆਪ ਰਹੇ ਜੋ ਦਿੱਲੀ ਚ ਹਾਲ ਹੋਇਆ ਸਾਰੇ ਲੋਕ ਦੇਖਦੇ ਆ ਦੁਨੀਆ ਦੇਖਦੀ ਆ ਦੇਸ਼ ਦੇਖਦਾ ਦਿੱਲੀ ਚ ਨਗਾਰ ਆ ਕੇ ਹਾਹਾਕਾਰ ਮੱਚੀ ਹੈ ਹੁਣ ਉੱਥੋਂ ਭੱਜਣਾ ਚਾਹੁੰਦੇ ਸੀ ਹਰਿਆਣੇ ਖੜੇ ਨਹੀਂ ਕਿਉਂਕਿ ਹਰਿਆਣੇ ਵਾਲੇ ਜਾਣਦੇ ਆ ਦਿੱਲੀ ਦੇ ਨਾਲ ਲੱਗਦੇ ਆ ਸਾਡੇ ਲੋਕਾਂ ਨੇ ਥੋੜਾ ਟੱਪ ਕੇ ਸੀਗਾ ਉਹਨਾਂ ਤੇ ਵਿਸ਼ਵਾਸ ਕੀਤਾ ਪਾਰਲੀਮੈਂਟ ਦੇ ਵਿੱਚ ਲੇਕਿਨ ਹੁਣ ਇਹਨਾਂ ਨੂੰ ਸਰਕਾਰ ਨਹੀਂ ਦਿੱਤੀ ਅੱਜ ਜੋ ਕੁਝ ਬਣਿਆ ਹੋਇਆ ਹੈ ਅੱਡ ਅੱਡ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਤਰ੍ਹਾਂ ਤਰ੍ਹਾਂ ਦੀ ਗੱਲ ਅੱਜ ਇਹ ਪਾਰਟੀ ਖੀਰੂ ਖੀਰੂ ਹੋਣ ਦੇਖਨਾਰੇ ਤੇ ਆਈ ਵੀ ਹੈ ਕੋਈ ਸਿਧਾਂਤ ਨਹੀਂ ਕੋਈ ਪਾਲਿਸੀ ਨਹੀਂ ਕੋਈ ਸਨੀਓਰਿਟੀ ਨਹੀਂ ਮੈਂ ਵਿਧਾਨ ਸਭਾ ਤੁਸੀਂ ਪੰਜ ਵਾਰ ਵਿਧਾਨ ਸਭਾ ਚ ਗਏ ਹੋ ਔਰ ਪਹਿਲੀ ਵਾਰ ਸ਼ਾਇਦ ਮੌਕਾ ਮਿਲਿਆ ਕਿ ਵਿਧਾਨ ਸਭਾ ਦੇ ਅੰਦਰ ਹੀ ਪੱਗਾਂ ਉਚਲੀਆਂ ਨੇ ਔਰ ਖਾਸ ਕਰਕੇ ਜਿਸ ਪੱਗ ਦੀ ਜਿਸ ਦਸਤਾਰ ਦੀ ਲੜਾਈ ਸਿੱਖ ਜਿਹੜੇ ਆ ਦੇਸ਼ ਵਿਦੇਸ਼ ਚ ਲੜ ਰਹੇ ਯੂਰਪ ਅਮਰੀਕਾ ਚ ਲੜ ਰਹੇ ਆ ਉਸੇ ਦਸਤਾਰ ਦੀ ਜਿਹੜੀ ਲੋਕਤੰਤਰ ਦਾ ਮੰਦਰ ਹੈ ਪੰਜਾਬ ਦਾ ਉਹਦੇ ਵਿੱਚ ਦਸਤਾਰਾਂ ਉਚਲੀਆਂ ਨੇ ਮੰਦ ਭਾਗੀ ਘਟਣਾ ਨਹੀਂ ਕਟਨਾ ਆਪਾਂ ਜ਼ਰੂਰ ਮੰਗਤ ਭਾਗੀ ਕਹਿੰਨੇ ਆ ਪਰ ਇਸ ਗੱਲ ਨਾਲ ਮੈਂ ਸਹਿਮਤ ਨਹੀਂ ਕਿ ਪਹਿਲੀ ਵਾਰ ਹੋਇਆ ਹੈ ਇਹਦੀ ਤਾਂ ਨਹੀਂ ਪੱਥਰ ਪੱਗ ਲਾਉਣ ਦਾ ਕਾਲੀਦਾਲ ਨੇ ਤੇ ਪ੍ਰਕਾਸ਼ ਸਿੰਘ ਬਾਦਲੂੜਾ ਨੇ ਰੱਖਿਆ ਹੋਇਆ ਸੀ ਜਿਸ ਵੇਲੇ ਬਰਨਾਲਾ ਸਾਹਿਬ ਦੀ ਚੀਫ ਸਰਕਾਰ ਸੀ ਇੱਥੇ ਸਜੀਤ ਸਿੰਘ ਮਨਹਾਸ ਸਪੀਕਰ ਸੀ ਉਹਦੀ ਪੱਗ ਕਿਨੇ ਲਾਹੀ ਕਾਲੀਦਾਲ ਨੇ ਲਾਹੀ ਕਿਹੜੇ ਕਾਲੀਦਾਲ ਜਿਹੜਾ ਕਹਿੰਦਾ ਸਿੱਖਾਂ ਦੀ ਨੁਮਾਇੰਦਗੀ ਜਮਾਤਾਂ ਸੀ ਪੱਗ ਦੀ ਲੜਾਈ ਲੜਦੇ ਆ ਇਹ ਪੱਗ ਨੂੰ ਇਹ ਸਿੱਖੀ ਨੂੰ ਇਹ ਧਰਮ ਨੂੰ ਜਦੋਂ ਇਹਨਾਂ ਨੂੰ ਸਿਆਸੀ ਤੌਰ ਤੇ ਲੋੜ ਹੁੰਦੀ ਹੈ ਉਦੋਂ ਵਰਤ ਲੈਂਦੇ ਆ ਅਦਰਵਾਈਜ਼ ਇਹਨਾਂ ਦੇ ਮੰਚ 'ਚ ਕੋਈ ਕਦਰ ਨਹੀਂ ਉਸ ਤੋਂ ਬਾਅਦ ਵੀ ਕਿੰਨੇ ਸੈਸ਼ਨ ਆਏ ਨੇ ਕਾਲੀ ਦਲ ਦੇ ਵੱਲੋਂ ਕਿੰਨੀਆਂ ਪੱਗਾਂ ਲਾਈਆਂ ਗਈਆਂ ਤਾਰੀਆਂ ਲੀਆਂ ਪੱਗ ਤਾਂ ਨਾ ਮਜ਼ਾਕ ਬਣਾਤੀ ਹੈ ਪੱਗ ਤਾਂ ਹਰ ਰੋਜ਼ ਪੱਗ ਉਠਾ ਤਾਰੀ ਜਾਂਦੀ ਹੈ ਇਹਨਾਂ ਦੇ ਆਪਣੇ ਲੋਕ ਤਾਰੀ ਜਾਂਦੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਬਖਸ਼ਿਆ ਉਹਨਾਂ ਦੀ ਬੇਅਦਬੀ ਇਹਨਾਂ ਦੇ ਰਾਜ ਵਿੱਚ ਹੋਈ ਹੈ ਅੱਜ ਕਮਿਸ਼ਨ ਦੀਆਂ ਰਿਪੋਰਟਾਂ ਜੋ ਸਾਹਮਣੇ ਦੱਸਦੀਆਂ ਆਉਣ ਵਾਲੀਆਂ ਸਿਆਸਤ ਲਈ ਇਹਨਾਂ ਨੇ ਜਿਨ੍ਹਾਂ ਨੇ ਧਰਮ ਨਹੀਂ ਵਰਤਿਆ ਸਾਡਾ ਧਰਮ ਸਥਾਨ ਨਹੀਂ ਵਰਤੇ ਧਰਮ ਧਰਮ ਸਥਾਨ ਨਹੀਂ ਛੱਡੇ ਉਹ ਵਰਤੇ ਇਹਨਾਂ ਨੇ ਸਾਡੇ ਧਾਰਮਿਕ ਸ਼ਾਸਤਰ ਨਹੀਂ ਛੱਡੇ ਉਹ ਵਰਤੇ ਇਹਨਾਂ ਨੇ ਉਦਾਨ ਸਾਹਮਣੇ ਪੱਗ ਦੀ ਕੀ ਘਾਤਰ ਹੈਗੀ ਹੈ ਇਹਨਾਂ ਕੋਲੇ ਝੂਠ ਬੋਲਦੇ ਨੇ ਨਾ ਇਹ ਫਰਾਂਸ ਚ ਲੜਾਈ ਲੜਦੇ ਆ ਨਾ ਇਹ ਪੰਜਾਬ ਚ ਲੜਦੇ ਆ ਪੱਗ ਲਾਉਣਾ ਹੀ ਇਹਨਾਂ ਨੂੰ ਆਉਂਦਾ ਇੱਕ ਔਰ ਬੇਰੇ ਸਰ ਉਸ ਨੂੰ ਇਸ਼ੂ ਬਣਾਉਣਾ ਆਉਂਦਾ ਹੈਗਾ ਸੋ ਇਸ ਕਾਰਨ ਕਰਕੇ ਹੀ ਬੜੀ ਮੰਤਭਾਗੀ ਘਟਨਾ ਹੁੰਦੀ ਹੈ ਤੇ ਇਹਦੀ ਰਿਵਾਇਤ ਹੈ ਜਿਹੜੀ ਤੇ ਨੀ ਪੱਥਰ ਹੈ ਇਕਾਲੀਦਾਲੇ ਰੱਖਿਆ ਹੋਇਆ ਹੈ 3 ਸਾਲ ਮੈडम ਮੋਦੀ ਸਰਕਾਰ ਨੂੰ ਹੋ ਗਿਆ ਸੈਂਟਰ ਵਿੱਚ ਔਰ ਬਾਰ-ਬਾਰ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਕਾਂਗਰਸ ਨੇ 70 ਸਾਲ ਚ ਕੁਝ ਨਹੀਂ ਕੀਤਾ ਔਰ 3 ਸਾਲ ਚ ਬੜੀ ਤਰੱਕੀ ਕਰ ਦਿੱਤੀ ਕੀ ਗਾਣਾ ਚਾਹੋਗੇ ਇਸ ਬਾਰੇ 3 ਸਾਲ ਚ ਹਿੰਦੁਸਤਾਨ ਦੀ ਬਰਬਾਦੀ ਦਾ ਨਿਉ ਪੱਥਰ ਰੱਖਤਾ ਸਾਡਾ ਆਪਣਾ ਵਾਈਟ ਬਣੀ ਜਿਹੜਾ ਕਹਿੰਸੀ ਬਲੈਕ ਮਨੀ ਲੈ ਕੇ ਆਉ ਬਾਹਰੋਂ ਮੈਂ ਅੱਜ ਮੈਨੂੰ ਇੱਕ ਕੇਸ ਗੁਣਿਆ ਆ ਦੇਣ ਮੋਦੀ ਜੀ ਜਾਂ ਉਹਨਾਂ ਦੇ ਕੋਈ ਹਮਦਰਦ ਬੰਦੇ ਕੋਈ ਜਿਹੜਾ ਵਾਈਟ ਪਨੀ ਬਾਹਰੋਂ ਲੈ ਕੇ ਆ ਬਲੈਕ ਮਨੀ ਬਾਹਰੋਂ ਲੈ ਕੇ ਆ ਰਹੇ ਸਗੋਂ ਕਿੰਨੇ ਮੁਲਕਾਂ ਚ ਗਏ ਨੇ ਰਿਕਾਰਡ ਹੀ ਕੈਮ ਕਰਤਾ ਜਦੋਂ ਵੀ ਜਾਂਦੇ ਆ ਇੱਥੋਂ ਦਾ ਧਨ ਦੌਲਤ ਕਦੇ ਉਸ ਦੇ ਤੱਕ ਬੰਗਲਾਦੇਸ਼ੋਂ ਦੇ ਤੱਕ ਕਦੇ ਉਹਨਾਂੋਂ ਦੇ ਤੱਕ ਜ਼ਮੀਨ ਦੇਤੀਆ ਦਿੱਤੀ ਬਾਹਰ ਜਾ ਕੇ ਗਰਾਂਟਾ ਵੰਡਦੇ ਫਿਰਦੇ ਨੇ ਪ੍ਰਾਈਮ ਮਿਨਿਸਟਰ ਹੀ ਹਿੰਦੁਸਤਾਨ ਦੇ ਆ ਜਾਂ ਬਾਹਰਲੇ ਪਾਸੇ ਦੇ ਆ ਜੇ ਦ ਸੋ ਇਹਨਾਂ ਨੇ ਘਾਰ ਆਇਆ ਆ ਨੋਟਬੰਦੀ ਕੀਤੀ ਆ ਹਹਾਕਾਰ ਬੱਤੀ ਹੈ ਜਿਹੜਾ 15 ਲੱਖ ਕਹਿੰਦੇ ਸੀ ਜੇਬ ਚ ਪਾਉਂਗਾ ਕਿੱਥੇ ਗਿਆ ਝੂਠ ਦੀ ਇੱਕ ਪਲੰਦਾ ਬਣ ਕੇ ਰਹਿ ਗਿਆ ਆ ਕੇ ਇਸ ਕਰਕੇ ਇਹਨਾਂ ਨੇ ਉਰਲਾ ਪਰਲਾ মিডিਆ ਜੇ ਉਹ ਸਾਰਿਆਂ ਦਾ ਹੀ ਆਪਣਾ ਝੂਠਾ ਪ੍ਰਚਾਰ ਕਰ ਰਹੇ ਨੇ ਕੁਛ ਇਹਨਾਂ ਦੇ ਪੱਲੇ ਨਹੀਂ ਕਾਂਗਰਸ ਪਾਰਟੀ ਦੇ ਸਮੇਂ ਚ ਅੰਗਰੇਜ਼ਾਂ ਤੋਂ ਬਾਅਦ ਹਿੰਦੁਸਤਾਨ ਚ ਰਾਜ ਚਲਾਉਣਾ ਖਾਲਾ ਜੀ ਦਾ ਬਾੜਾ ਨਹੀਂ ਸੀ ਪਾਕਿਸਤਾਨ ਦੀ ਵੰਡ ਹੋਣੀ ਉਹਦੇ ਵਿੱਚ ਸੰਭਾਲਣਾ ਹਿੰਦੁਸਤਾਨ ਨੂੰ ਖਾਲਾ ਜੀ ਦਾ ਬਾੜਾ ਨਹੀਂ ਸੀ ਜਿਸ ਦੇਸ਼ ਵਿੱਚ ਸੂਈ ਨਹੀਂ ਸੀ ਬਣਦੀ ਉਹ ਕਾਂਗਰਸ ਦੇ ਰਾਜ ਵਿੱਚ ਹੀ ਉੱਥੇ ਰੇਲ ਗੱਡੀਆਂ ਫੈਕਟਰੀ ਤੇ ਜਹਾਜ਼ ਬਣਨੇ ਲੱਗੇ ਸਾਡੇ ਕੀ ਸਾਰਾ ਕੁਝ ਕਾਂਗਰਸ ਦੇ ਰਾਜ ਹੋਇਆ ਸੋ ਕਾਂਗਰਸ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਕਰ ਸਕਦੇ ਜੋ ਕੁਛ ਅੱਜ ਹਿੰਦੁਸਤਾਨ ਦੀ ਤਾਕਤ ਜਿਹਦੇ ਸਾਹਮਣੇ ਅਮਰੀਕਾ ਵੀ ਰਸ਼ੀਆ ਵੀ ਦੂਜੇ بڑے بڑے ਮੁਲਕ ਦੇਖਦੇ ਸੀਗੇ ਸਾਡੀ ਪਾਰਟੀ ਦੀ ਉਸ ਵਕਤ ਪ੍ਰਾਈਮ ਮਿੰਿਸਟਰ ਸੀ ਇੰਦਰਾ ਗਾਂਧੀ ਜੀ ਜਿੰਨਾ ਜ਼ਰਤ ਸੀ ਜਦੋਂ ਲੜਾਈ ਚਾਹੁੰਦੇ ਸੀ ਦੋਨੋਂ ਰਸ਼ੀਆ ਤੇ ਆਪਣਾ ਅਮਰੀਕਾ ਉਹਨੇ ਕਿਹਾ ਅਮਨ ਚਾਹੁੰਨੀਆ ਕਿੰਨੇ ਮੁਲਕ ਆ ਕੇ ਇੰਦਰਾ ਜੀ ਦੇ ਪਿੱਛੇ ਖੜੇ ਆ ਕੇ ਸੋ ਇਸ ਲਈ ਜਿਹੜੀ ਸਾਡੀ ਕੋਈ ਮੁਕਾਬਲਾ ਹੀ ਨਹੀਂ ਇਹਨਾਂ ਦਾ ਨੇੜੇ ਤੇੜੇ ਨਹੀਂ ਇਹ ਸਿਰਫ ਇੱਕ ਮੈਨਾ ਮੰਨੂ ਦੀ ਪੋਲਿਟਿਕਸ ਚ ਮੋਦੀ ਚੱਲ ਰਿਹਾ ਹੈ ਇਹਨਾਂ ਦੇ ਪੱਲੇ ਕੱਖ ਨਹੀਂ ਆਉਣ ਵਾਲਾ ਹੁਣ ਪਾਰਲੀਮੈਂਟ ਆਉਣੀ ਹੈ ਇਹਨਾਂ ਦਾ ਹਸ਼ਰ ਦੇਖੋ ਤੁਸੀਂ ਕੀ ਹੋਣਾ ਹੈਗਾ ਜੋ ਲੋਕਾਂ ਨੂੰ ਚੀਟ ਕੀਤਾ ਜੋ ਲੋਕਾਂ ਨੂੰ ਧੋਖਾ ਦਿੱਤਾ ਚਾਹੇ 15 ਲੱਖ ਦੇ ਵਾਅਦੇ ਆਏ ਚਾਹੇ ਫਲਾਣੇ ਖਾਤਿਆਂ ਚ ਪਾਉਣ ਦੇ ਵਾਅਦੇ ਆਏ ਇਹ ਸਾਰਿਆਂ ਤੋਂ ਉਲਟ ਜਾ ਕੇ ਇਹਨਾਂ ਨੇ ਤੇ ਸਾਡੇ ਨਾਲ ਪੰਜਾਬ ਨਾਲ ਕਿੰਨਾ ਭਾਰੀ ਵਿਤਕਰਾ ਕੀਤਾ ਪੰਜਾਬੀਆਂ ਦੀਆਂ ਜ਼ਮੀਨਾਂ ਜੋ ਉਹਨਾਂ ਨੇ ਰਜਿਸਟਰੀਆਂ ਕਰਾਈਆਂ ਉਹਨਾਂ ਦੇ ਨਾਂ ਤੇ ਨੇ ਜਿਹਨਾਂ ਨੂੰ ਕਹੇ ਸੀ ਮੈਨੂੰ ਜਿਤਾ ਦਿਓ ਬਾਅਦ ਵਾਪਸ ਕਰ ਦਿਆਂਗੇ ਜਮੀਨਾ ਮੋੜ ਦੇ ਉਹ ਕਿਸੇ ਤੱਕ ਸੁਪਰੀਮ ਕੋਰਟ ਚ ਪਿਆ ਵਾਪਸ ਨਹੀਂ ਕੀਤਾ ਗਿਆ ਆ ਹੁਣ ਅਸੀਂ ਪੰਜਾਬ ਦੇ ਵਿੱਚ ਭਗਤ ਸਿੰਘ ਦੇ ਨਾਂ ਤੇ ਜਿਹੜਾ ਚਾਹੁੰਦੇ ਸੀ ਕਿ ਬਣਾਇਆ ਜਾਵੇ ਸਾਡਾ ਹਵਾਈ ਅੱਡਾ ਇਹ ਮੰਨਣ ਲਈ ਤਿਆਰ ਹੈ ਨਹੀਂ ਦੇਸ਼ ਦੇ ਸ਼ਹੀਦ ਨੂੰ ਮੰਨਣ ਲਈ ਤਿਆਰ ਨਹੀਂ ਔਰ ਪੰਜਾਬ ਨੂੰ ਕੋਈ ਵੀ ਬਾਰਡਰ ਸਟੇਟ ਦਾ ਪੈਕੇਜ ਦੇ ਉਹ ਮੰਨਣ ਲਈ ਤਿਆਰ ਨਹੀਂ ਜੀ ਐਨ ਕੇ ਦੇ ਆਏ ਐਡਾ ਵੱਡਾ ਜਿਵੇਂ ਆਪਾਂ ਕਰਦੇ ਹਾਂ ਕਿ ਪੰਜਾਬ ਦੇ ਨਾਲ ਇਹਨਾਂ ਨੇ ਵਿਤਕਰਾ ਕੀਤਾ ਸਾਨੂੰ ਅਫਸੋਸ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਣੀ ਇੱਕ ਸਤਾਚਾਰ ਉਹਨਾਂ ਦੀਆਂ ਸੀਟਾਂ ਦੀ ਮਦਦ ਨਾਲ ਇੱਕ ਸਰਕਾਰ ਤੇ ਕਾਬਜ਼ ਹੋਣ ਲਈ ਉਹਨਾਂ ਮੂਰੇ ਗੁੱਡ ਟੇਕਦੇ ਰਹੇ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨਾਲ ਐਡਾ ਵੱਡਾ ਮਤਕਰਾ ਕੀਤਾ ਸੋ ਮੋਦੀ ਸਾਹਿਬ ਦਾ ਇਹ ਗਲਤਫਹਿਮੀ ਛੇਤੀ ਦੂਰ ਹੋਣ ਵਾਲੀ ਹੈ ਬੀਜੇਪੀ ਵਾਲਿਆਂ ਦੀ ਇੱਥੇ ਮੁੜ ਕਾਂਗਰਸ ਦੀ ਸਰਕਾਰ ਜਿਹੜੀ ਉਹ ਲੋਕਾਂ ਨੇ ਲੈ ਕੇ ਆਉਣੀ ਹੈ ਹਿੰਦੁਸਤਾਨ ਦੇ ਆ ਇੱਕ ਬਾਰ ਬਾਰ ਨਾਰਾ ਦਿੰਦੀ ਹੈ ਬੀਜੇਪੀ ਕਾਂਗਰਸ ਮੁਕਤ ਭਾਰਤ ਕਰ ਦਾਂਗੇ ਅਸੀਂ ਖਤਮ ਕਰ ਦਾਂਗੇ ਕਾਂਗਰਸ ਨੂੰ ਇਹ ਕੀ ਸੁਪਨਾ ਹੀ ਰਹੇਗਾ ਇਹ ਉਹ ਤਾਂ ਭਾਰਤ ਖਤਮ ਕਰਨ ਨੂੰ ਫਿਰਦੇ ਹੈ ਕਾਂਗਰਸ ਨੂੰ ਕਿੱਥੇ ਕਾਂਗਰਸ ਸਾਹਿਬ ਦਾ ਭਾਰਤ ਹੈ ਭਾਰਤ ਹੈ ਤਾਂ ਕਾਂਗਰਸ ਹੈ ਕਾਂਗਰਸ ਦੇ ਤਾਂ ਪਾਸਕ ਵਿੱਚ ਵੀ ਨਹੀਂ ਹੈਗੇ ਖਤਮ ਜਰੂਰ ਕਰਨ ਜਾਣਦੇ ਹੈ ਪਹਿਲਾਂ ਨੇ ਲੋਕਾਂ ਨੂੰ ਖਤਮ ਕੀਤਾ ਹੈ ਲੋਕਾਂ ਦੀਆਂ ਮਜਬੂਰੀਆਂ ਨੂੰ ਖਤਮ ਕਰਨ ਦੀ ਥਾਂ ਤੇ ਇਹਨਾਂ ਜ਼ੁਲਮ ਨੂੰ ਉਸ ਥਾਂ ਤੇ ਬढ़ावा ਦਿੱਤਾ ਹੈਗਾ। ਸੋ ਇਸ ਲਈ ਮੈਂ ਸਮਝਦੀ ਹਾਂ ਕਿ ਨਾਰਿਆਂ ਦੇ ਵਿੱਚ ਕੁਛ ਮਰਜੀ ਕਹੀ ਜਾਣ ਬੜੀ ਗੱਲਾਂ ਕਰਨ ਚ ਬਹੁਤ ਅੱਗੇ ਨੇ ਤੇ ਇਹਨਾਂ ਗੱਲਾਂ 'ਚ ਕੋਈ ਸੱਚਾਈ ਹੈ ਨਹੀਂ। ਇਹ ਇਸ ਦੇ ਨਾਲ ਸਾਡਾ ਦੇਸ਼ ਜਿਹੜਾ ਥੱਲੇ ਜਾ ਰਿਹਾ ਹੈ, ਨੀਵਾ ਜਾ ਰਿਹਾ ਹੈ। ਹਰ ਥਾਂ 'ਤੇ ਇਹੋ ਜਿਹਾ ਕਿ ਬਾਹਰ ਪੈਸੇ ਲੈ ਜਾਂਦੇ ਆ, ਸੌਦੇ ਕਰਿਆ ਫਲਾਣੇ ਕਰੇ, ਤੁਮਕ ਦੌਰਿਆਂ 'ਤੇ ਰਹਿੰਦੇ ਨੇ। ਇਹੀ ਪ੍ਰਾਈਮ ਮਿੰਿਸਟਰ ਜਿਹੜਾ ਕਹਿੰਦਾ ਮੈਂ ਚਾਹ ਵੇਚਦਾ ਹੁੰਨਾ, ਇੰਨੀ-ਇੰਨੀ 15-15 ਲੱਖ ਦੀਆਂ ਪੇਸ਼ਾਕਾਂ ਪਾ ਕੇ ਹਰ ਰੋਜ਼ ਬਾਤ ਰਹਿ ਫਿਰਦਾ ਇਸ ਸ਼ੋਭਾ ਉਹਨੂੰ ਅਲਾਉ ਕਰ ਸਾਡੀ ਸਾਡੀ ਇਕਨੋਮੀ ਹਿੰਦੁਸਤਾਨ ਦੀ ਇਕਨੋਮੀ ਕਿੱਥੇ ਗਈ ਵੀ ਅੱਜ ਕੀ ਸਾਡੀਆਂ ਪਾਲਿਸੀਆਂ ਨੇ ਕਿਹੜੇ ਥਾਂ ਤੇ ਕਿਵੇਂ ਕਿਸਾਨਾਂ ਅੱਜ ਮਰ ਰਿਹਾ ਕੋਈ ਦੱਸਦਾ ਉਹਨਾਂ ਕਿਸ ਥਾਂ ਤੇ ਹਿੰਦੁਸਤਾਨ ਦੇ ਕਿਸਾਨ ਵਾਸਤੇ ਜਿੰਨਾ ਪੈਸਾ ਬਾਹਰ ਖਰਚਿਆ ਇਹਨਾਂ ਹਿੰਦੁਸਤਾਨ ਦੇ ਕਿਸਾਨ ਵਾਸਤੇ ਦੇ ਦਿੰਦੇ ਸਾਡਾ ਖੇਤੀ ਪ੍ਰਧਾਨ ਦੇਸ਼ ਗਿਣਾ ਜਾਂਦਾ ਸੂਬਾ ਵੀ ਗਿਣਾ ਜਾਂਦਾ ਸਾਡਾ ਤੇ ਕੀ ਕੀਤਾ ਮੈਨੂੰ ਦੱਸਣ ਸਹੀ ਕਿਹੜੇ ਵਰਗ ਵਾਸਤੇ ਮੋਦੀ ਜਾਂ ਬੀਜੇਪੀ ਸਰਕਾਰ ਨੇ ਕੀ ਕੀਤਾ ਅੱਜ ਉਹ ਜਿਹੜੇ ਫੌਜ ਵਾਲੇ ਸੀ ਵਿਚਾਰੇ ਉਹਨਾਂ ਨੂੰ ਧਰਨੇ ਦੇਣੇ ਪਏ ਮੋਦੀ ਦੇ ਸਰਕਾਰ ਦੇ ਰਾਜ ਵਿੱਚ ਹੀ ਸੋ ਇਹ ਗੱਲਾਂ ਜਿਹੜੀਆਂ ਹੁੰਦੀਆਂ ਇੱਕ ਸਿਰਫ ਬੋਲੀ ਜਾਣਾ ਮੈਂ ਨਾ ਮੰਨੂ ਮੈਂ ਨਾ ਮੰਨੂ ਮੈਂ ਕਰ ਦੂ ਉਹਨਾਂ ਵਿੱਚ ਕੋਈ ਸੱਚਾਈ ਨਹੀਂ ਇਹ ਕੀ ਹੋਣਾ ਹੈ ਦੇਸ਼ ਨੂੰ ਕੌਣ ਬਚਾ ਸਕਦੀ ਹੈ ਕਿਹੜੀ ਪਾਰਟੀ ਇਹ ਕਾਂਗਰਸ ਬਚਾ ਸਕਦੀ ਹੈ ਔਰ ਲੋਕ ਕਾਂਗਰਸ ਨੂੰ ਲਿਆ ਕੇ ਦੇਸ਼ ਨੂੰ ਬਚਾਉਣਗੇ ਇਹਨਾਂ ਤੋਂ ਬੀਜੇਪੀ ਤੋਂ ਮੋਦੀਆਂ ਤੋਂ ਖੜਾ ਚੜਾਉਂਦੇ ਦੋ ਸਾਲ ਤੋਂ ਘੱਟ ਦਾ ਵਕਤ ਰਹਿ ਗਿਆ ਮੈਮ ਅਗਲੀ ਲੋਕ ਸਭਾ ਇਲੈਕਸ਼ਨ ਨੂੰ ਔਰ ਅ ਐਸਾ ਮੰਨ ਮੰਨ ਲਿਆ ਜਾਵੇ ਕਿ ਰਾਹੁਲ ਗਾਂਧੀ ਜਿਹੜੇ ਆ ਉਹ ਟੱਕਰ ਦੇਂਦੇ ਸਮਰੱਥ ਹੈਗੇ ਨੇ ਨਰਿੰਦਰ ਮੋਦੀ ਨੂੰ ਦੇਖੋ ਸਾਡੀ ਪਾਰਟੀ ਜੇ ਮੈਂ ਕਹਾਂ ਸੈਕੂਲਰ ਪਾਰਟੀ ਹੈ ਰਾਹੁਲ ਗਾਂਧੀ ਜੀ ਸਾਡੇ ਸਨਮਾਨਤ ਸਾਡੇ ভাইস ਪ੍ਰਧਾਨ ਸੀਨੀਅਰ ভাইস ਪ੍ਰਧਾਨ ਨੇ ਇਹ ਰਵੰਟੇ ਚਲਾ ਰਹੇ ਨੇ ਇਹ ਉਸ ਪਰਿਵਾਰ ਦੇ ਜਿਸ ਪਰਿਵਾਰ ਨੇ ਤਿੰਨ ਪੁਛਤਾ ਤੋਂ ਵੱਧ ਦੇਸ਼ ਲਈ ਕੁਰਬਾਨੀਆਂ ਔਰ ਦੇਸ਼ ਨੂੰ ਜੋ ਰਾਜ ਮਿਲਿਆ ਚਲਾ ਕੇ ਦਿਖਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੋਇਆ ਹੈ ਇਹ ਉਹ ਬਲੱਡ ਹੈ ਉਹ ਖੂਨ ਹੈ ਸੋ ਇਸ ਲਈ ਰਾਹੁਲ ਜੀ ਸਾਡੇ ਅਗਵਾਈ ਕਰਨ ਵਾਲੇ ਲੀਡਰ ਹੈ ਲੇਕਿਨ ਸਾਰੀ ਪਾਰਟੀ ਪਾਰਟੀ ਦਾ ਇਤਿਹਾਸ ਰਾਹੁਲ ਗਾਂਧੀ ਦੇ ਪਿੱਛੇ ਹੈ ਜਿਸ ਕਾਰਨ ਕਰਕੇ ਕੈਪੇਬਿਲਟੀ ਕਪੈਸਿਟੀ ਇਹ ਕੋਈ ਘੋਲ ਤਾਂ ਹੋ ਨਹੀਂ ਰਿਹਾ ਕਿ ਮੋਦੀ ਤੇ ਰਾਹੁਲ ਜੀ ਦਾ ਘੋਲ ਹੋ ਰਿਹਾ ਹੈਗਾ ਜੋ ਕੋਲ ਕਰਨਾ ਉਹ ਵੀ ਕਰ ਲੈਣ ਸਾਡਾ ਬੰਦਾ ਨੌਜਵਾਨ ਜਿੱਤ ਲੂਗਾ ਕੇ ਇਸ ਕਰਕੇ ਜਿਹੜਾ ਹੈਗਾ ਇਹ ਸਿਧਾਂਤਾਂ ਦੀ ਲੜਾਈ ਹੈ ਇਹ ਉਸੂਲਾਂ ਦੀ ਲੜਾਈ ਹੈ ਐਕਸਪੀਰੀਅੰਸ ਦੀ ਲੜਾਈ ਹੈ ਸੱਚ ਬੋਲ ਕੇ ਜੋ ਕਿਹਾ ਕਰਨ ਦੀ ਲੜਾਈ ਹੈ ਇੰਦਰਾ ਗਾਂਧੀ ਨੇ ਕਿਹਾ ਸੀ ਬੀਨਕਾਤੀ ਪ੍ਰੋਗਰਾਮ ਨਾਲ ਮੈਂ ਗਰੀਬੀ ਹਟਾਉਂਗੀ ਇਹ ਮੈਂ ਦੱਸਣ ਕਿਹੜਾ ਪ੍ਰੋਗਰਾਮ ਲੈ ਕੇ ਆਏ ਨੇ ਸੋ ਇਸ ਕਰਕੇ ਇਹਦੇ ਵਿੱਚ ਕੋਈ ਛੱਕਰੀ 2 ਸਾਲ ਰਹਿਣ ਜਾਂ 2.5 ਸਾਲ ਰਹਿਣ ਜਾਂ 1.5 ਸਾਲ ਰਵੇ ਕਾਂਗਰਸ ਪਾਰਟੀ ਨੂੰ ਦੇਸ਼ ਦੇ ਵੱਲ ਲੋਕ ਲੈ ਕੇ ਆਉਣਗੇ ਅਸਲ ਇਹ ਤਾਂ ਮੈਂ ਮੁੱਦਾ ਜਿਹੜਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਅੱਜਕਲ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਪਹਿਲਾਂ ਨਹਿਰ ਬਣਾਈ ਜਾਵੇ ਔਰ ਉਹਦੇ ਬਾਅਦ ਪਾਣੀ ਦੀ ਗੱਲ ਕੀਤੀ ਜਾ ਕਿ ਲੱਗਦਾ ਹੈ ਕਿ ਪੰਜਾਬ 'ਚ ਨਾ ਇੱਕ ਦੁਬਾਰਾ ਉਹ ਜਿਹਾ ਦੌਰ ਹੋ ਸਕਦਾ ਜਿਹ ਅਤਵਾਦ ਦਾ ਦੌਰ ਜਿਹੜਾ ਸ਼ੁਰੂ ਹੋਇਆ ਸੀ ਇਸ ਨਹਿਰ ਦੇ ਉੱਤੋਂ ਸ਼ੁਰੂ ਹੋਇਆ ਸੀ ਲੱਗਦਾ ਹੈ ਕਿ ਇਫੈਕਟ ਹੋਏਗਾ ਇਹੋ ਜਿਹਾ ਦੇਖੋ ਸੈਂਸਟਿਵ ਬਹੁਤ ਹੀ ਸੈਂਸਟਿਵ ਮਾਮਲਾ ਹੈ ਔਰ ਇਹਦੇ 'ਚ ਮੈਨੂੰ ਇਸ ਗੱਲ ਦੇ ਉੱਤੇ ਦੁੱਖ ਤੇ ਅਫਸੋਸ ਵੀ ਹੈ ਕਿ ਪੰਜਾਬ ਦੀ ਦਾਸਤਾਂ ਤੇ ਪੰਜਾਬ ਦੀ ਕਹਾਣੀ ਤੇ ਰਿਐਲਿਟੀ ਤੇ ਕੋਈ ਦੇਖਣ ਲਈ ਤਿਆਰ ਨਹੀਂ ਅੱਜ ਪਾਣੀਆਂ ਦੀ ਵੰਡ ਜਿਸ ਪੈਮਾਨੇ ਦੇ ਉੱਤੇ ਜਿਸ ਉਸ ਵਕਤ ਕਿੰਨਾ ਪਾਣੀ ਸੀ ਜਿਹੜੀ ਹੋ ਰਹੀ ਹੈ ਉਹ ਉਸ ਵਕਤ ਨੂੰ ਲੈ ਰਹੇ ਨੇ ਜਦੋਂ ਫਲੱਡਾਂ ਦੇ ਨਾਲ ਸਾਡੇ ਰੌ ਆਏ ਵੇਸੀ ਪਾਣੀ ਜ਼ਿਆਦਾ ਖੜਾ ਸੀ ਪਾਕਿਸਤਾਨ ਵਾਲੇ ਪਾਸੇ ਪਾਣੀ ਘਟ ਜਾ ਰਿਹਾ ਸੀ ਉਦੋਂ ਪਾਣੀ ਦੀ ਬਹੁਤ ਵੱਡੀ ਸਾਡੇ ਕੋਲ ਤਾਦਾਦ ਸੀ ਉਸ ਪਾਣੀ ਦੇ ਮਤਾਬਿਕ ਜੇ ਇੱਕ ਵਕਤ ਉਸ ਇੱਕ ਸਮੇਂ ਵਿੱਚ ਉਸ ਵਕਤ ਕੀਤਾ ਗਿਆ ਜਿਹੜਾ ਟੈਂਪਰੇਰੀ ਪਾਣੀ ਸੀ ਸਾਡੇ ਕੋਲੇ ਅੱਜ ਮੈਂ ਤਾਂ ਇਹ ਕਹਿੰਦੀ ਹਾਂ ਕਿ ਚਾਹੇ ਆਪਣਾ ਸੁਪਰੀਮ ਕੋਰਟ ਚਾਹੇ ਗਵਰਨਮੈਂਟ ਆਫ ਇੰਡੀਆ ਅੱਜ ਔਨ ਰਿਕਾਰਡ ਪੁਆਇੰਟ ਤੇ ਆ ਜਾਣ ਦੇਖ ਲੈਣ ਕਿ ਸਾਡੇ ਕੋਲ ਪੰਜਾਬ ਦੀ ਰਿਕੁਆਇਰਮੈਂਟ ਕਿੰਨੀ ਆ ਪਾਣੀ ਦੀ ਤੇ ਪੰਜਾਬ ਕੋਲ ਹੈ ਪਾਣੀ ਕਿਤਾਂ ਜਿੰਨਾ ਪੰਜਾਬ ਦੀ ਰਿਕੁਆਇਰਮੈਂਟ ਹੈ ਉਹਨਾਂ ਵੀ ਪਾਣੀ ਨਹੀਂ ਹੈ ਅੱਜ ਪੰਜਾਬ ਇਹਨਾਂ ਪਾਣੀ ਦੇ ਪਾਸੇ ਤੋਂ ਥੱਲੇ ਚਲੇ ਗਿਆ ਪਾਣੀ ਹੈ ਨਹੀਂਗਾ ਤੇ ਜੇ ਤੁਹਾਡੇ ਕੋਲ ਹੈ ਹੀ ਨਹੀਂ ਤੁਸੀਂ ਦੇਣ ਦੀ ਗੱਲ ਕਰਦੇ ਸਾਡੇ ਕੋਲ ਤਾਂ ਦੇਣ ਜੋਗਾ ਵੀ ਨਹੀਂ ਆਪਦੇ ਵਰਤਣ ਜੋਗਾ ਵੀ ਨਹੀਂ ਪਾਣੀ ਜੇ ਹੋਵੇ ਤਾਂ ਉਹਦੇ 'ਚ ਦੇਣ ਦਾ ਕੋਈ ਡਰ ਨਹੀਂ ਸਦਿੰਦੇ ਆਇਆ ਪੰਜਾਬ ਦਰਿਆਦਲੀ ਹੈ ਲੇਕਿਨ ਅੱਜ ਪਾਣੀ ਦੇਖ ਤਾਂ ਲੋ ਵੀ ਹੈਗਾ ਵੀ ਹੈ ਕਿ ਨਹੀਂ ਪਰਾਣੀ ਮਿੰਟੀਆਂ ਗਣਤੀਆਂ ਤੇ ਨਾ ਚੱਲੋ ਅੱਜ ਮੌਕੇ ਤੇ ਸਪੌਟ ਤੇ ਦੇਖੋ ਕਿੰਨਾ ਪਾਣੀ ਹੈ ਕਿੰਨਾ ਇਸ ਸਟੇਟ ਨੂੰ ਚਾਹੀਦਾ ਜਿੰਨਾ ਵਾਧੂ ਹੈਗਾ ਸਾਨੂੰ ਕੀ ਉਸ ਦੱਸਦੇ ਨਹੀਂ ਵੀ ਤੁਹਾਡੇ ਕੋਲ ਵਾਧੂ ਪਾਣੀ ਹੈ ਦੇਖ ਲੈ ਸੋ ਇਹ ਮਾਮਲਾ ਸੈਂਸਿਟਿਵ ਹੈ ਇਹਨੂੰ ਜ਼ਿੰਮੇਵਾਰੀ ਦੇ ਨਾਲ ਪ੍ਰਾਈਮ ਮਿਨਿਸਟਰ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਇਹਨੂੰ ਹੱਲ ਕਰਨਾ ਚਾਹੀਦਾ ਔਰ ਔਰ ਮੈਰਿਟ ਫਾਈਲਸ ਦਾ ਲਾ ਕਰਨਾ ਚਾਹੀਦਾ ਪੋਲੀਟਿਕਲ ਐਂਗਲ ਤੋਂ ਫੈਸਲੇ ਨਹੀਂ ਹੁੰਦੇ ਹੁੰਦੇ ਪੰਜਾਬ ਇੱਕ ਬਾਰਡਰ ਸਟੇਟ ਹੈ ਕਿਸਾਨੀ ਦੀ ਪ੍ਰਸਿੱਧ ਸਾਡੀ ਸਟੇਟ ਹੈ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦਾ ਧੱਕਾ ਨਹੀਂ ਹੋਣਾ ਚਾਹੀਦਾ ਹਰ ਪਾਸੇ ਚਾਹੇ ਰੇਪੀਰਿਆਂ ਲਾ ਲੈ ਲੋ ਚਾਹੇ ਪਾਣੀ ਦੀ ਮਾਤਰਾ ਦੇ ਨਾਂ ਤੇ ਲੈ ਲੋ ਹਰ ਪਾਸੇ ਤੋਂ ਪੰਜਾਬ ਜਿਹੜਾ ਹੈਗਾ ਉਹਦਾ ਕੇਸ ਸਟਰੋਂਗ ਹੈ ਜਸਟੀਫਿਕੇਸ਼ਨ ਬਣਦੀ ਹੈ ਮੈਮ ਇੱਕ ਲਾਸਟ ਸਵਾਲ ਤੁਸੀਂ ਮੁੱਖ ਮੰਤਰੀ ਦੇ ਦਾਵੇਦਾਰ ਸੀ ਹਾਲਾਂਕਿ ਇਲੈਕਸ਼ਨ ਤੁਸੀਂ ਜ਼ਰੂਰ ਹਾਰੇ ਹੋ ਲੇਕਿਨ ਹੁਣ ਇੱਥੇ ਤੁਸੀਂ ਕਿਵੇਂ ਮੈਂ ਰੀਹੈਬਿਲੀਟੇਟ ਕਰੇਗੀ ਪਾਰਟੀ ਤੁਹਾਨੂੰ ਤੁਹਾਡਾ ਕੱਡ ਐਡਾ ਉੱਚਾ ਹੈ ਹੁਣ ਕਿਵੇਂ ਤੁਹਾਨੂੰ ਪਾਰਟੀ ਚ ਕਿਸ ਤਰ੍ਹਾਂ ਦਾ ਰੋਲ ਮਿਲੇਗਾ ਦੇਖੋ ਮੈਂ ਕਦੇ ਵੀ ਇਹ ਨਹੀਂ ਸੋਚਿਆ ਕਿ ਪਾਰਟੀ ਵਿੱਚ ਰਹਿਣ ਲਈ ਜਾਂ ਕਿਸੇ ਲੀਡਰ ਨੂੰ ਉਸ ਵਾਸਤੇ ਕਿਸੇ ਅਹੁਦੇ ਦੇ ਸਾਰੇ ਦੀ ਪੌੜੀ ਲੋਡ ਹੁੰਦੀ ਹੈ ਤੁਹਾਡੀ ਕੰਟਰੀਬਿਊਸ਼ਨ ਤੁਹਾਡੀ ਲਾਇਲਟੀ ਤੁਹਾਡੀ ਕਮਿਟਮੈਂਟ ਕਿੰਨੀ ਹੈ ਪਾਰਟੀ ਲਈ ਤੁਹਾਡੀ ਕੰਟਰੀਬਿਊਸ਼ਨ ਕਿੰਨੀ ਹੈਗੀ ਹੈ ਉਹ ਨੂੰ ਮੈਂ ਹਮੇਸ਼ਾ ਦੇਖਦੀ ਆਈਆਂ ਅੱਜ ਮੇਰੀ ਪੂਰੀ ਤੋਂ ਪੂਰੀ ਜਿਹੜੀ ਕਮਿਟਮੈਂਟ ਕੋਸ਼ਿਸ਼ ਹੈ ਉਹ ਮੇਰੀ ਇਹੀ ਅਸੀਂ ਮੈਂ ਤੇ ਕਪਤਨ ਸਿੰਘ ਜੀ ਇੱਕ ਫੈਸਲਾ ਕਰਕੇ ਤੁਰੇ ਆ ਕਿ ਅਸੀਂ ਇਕੱਠਿਆਂ ਹੋ ਕੇ ਪੰਜਾਬ ਨੂੰ ਅੱਤਵਾਦ ਤੋਂ ਅੱਤਵਾਦੀ ਮੈਂ ਕਹਿੰਨੀ ਆ ਕਾਲੀ ਦਲ ਦਾ ਜਦ ਸਮਾਉਂ ਅੱਤਵਾਦ ਦਾ ਸਮਾਂ ਹੀ ਹੁੰਦਾ ਹੈ ਫਲਾਤ ਡਾਂਗਾ ਚੱਲਦੀਆਂ ਬਦੂਕਰ ਚੱਲਦੀਆਂ ਕਿਰਪਾਨਾਂ ਚੱਲਦੀਆਂ ਉਹ ਤੋਂ ਅਸੀਂ ਬਚਾਉਣਾ ਹੈ ਅਸੀਂ ਇਕੱਠੇ ਹੋ ਕੇ ਫੈਸਲਾ ਕਰਕੇ ਲੈ ਕੇ ਚੱਲੇ ਆ ਅੱਜ ਉਸੇ ਗੱਲ ਨੂੰ ਅਸੀਂ ਆਪਣੀ ਲੜਾਈ ਲੜ ਰਹੇ ਆ ਮੈਂ ਪੂਰੀ ਤਰ੍ਹਾਂ ਦੇ ਨਾਲ ਆਪਣੀ ਪਾਰਟੀ ਦੀ ਸਰਕਾਰ ਦੇ ਵਿੱਚ ਡਾਇਰੈਕਟ ਇੰਡਾਇਰੈਕਟ ਮੇਰਾ ਪੂਰਾ ਸਮਰਥਨ ਮੇਰੀ ਪੂਰੀ ਐਫਰਟ ਮੇਰੀ ਪੂਰੀ ਕੋਸ਼ਿਸ਼ ਮੈਂ ਆਪਣੇ ਆਪ ਨੂੰ ਮਹਿਸੂਸ ਹੀ ਨਹੀਂ ਕਰਦੀ ਕਿ ਮੈਂ ਸਰਕਾਰ ਤੋਂ ਬਾਹਰ ਆ ਮੈਂ ਮਹਿਸੂਸ ਕਰਦੀ ਆ ਕਿ ਮੈਂ ਐਮ ਦਾ ਪਾਰਟ ਆਫ ਦਾ ਗਵਰਨਮੈਂਟ ਪਾਰਟੀ ਸਾਰੀ ਸਰਕਾਰ ਔਰ ਸਟੇਟ ਔਰ ਮੈਨੂੰ ਪੂਰਾ ਆਦਰ ਸਤਕਾਰ ਮਾਨ ਸਤਕਾਰ ਸਾਰੀ ਮੇਰੀ ਸਾਰੀ ਸਰਕਾਰ ਸਾਰੇ ਮਿਨਿਸਟਰ ਸਾਰੇ ਚੀਫ ਮਿਨਿਸਟਰ ਸਪੈਸ਼ਲੀ ਕੈਪਟਨ ਮਦਰ ਸਿੰਘ ਜੀ ਪੂਰਾ ਮਾਨ ਸਨਮਾਨ ਦਿੰਦੇ ਹਰ ਥਾਂ ਤੇ ਉਹਨਾਂ ਨੇ ਆਪਣਾ ਜੋਕਮੇਟ ਪੈਂਦਾ ਕੀਤੀਆਂ ਇੱਕ ਫਰਜ਼ ਪੂਰਾ ਕਰਕੇ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਆਪ ਹੀ ਪੂਰਾ ਸਾਰਾ ਕਰਦੇ ਹੈਗੇ ਨੇ ਸੋ ਮੇਰੀ ਇਹੀ ਅਰਦਾਸ ਹੈ ਇਹੀ ਦੁਆ ਹੈ ਪ੍ਰਮਾਤਮਾ ਕਰੇ ਸਾਡੀ ਬਦਿਆ ਸਰਕਾਰ ਜਿਹੜੀ ਮਜ਼ਬੂਤੀ ਨਾਲ ਚੱਲ ਕੇ ਇੱਕ ਜੋ ਅਸੀਂ ਕੀਤਾ ਵਾਦਾ ਪੰਜਾਬ ਨੂੰ ਬਚਾਉਣ ਦਾ ਅਸੀਂ ਪੂਰਾ ਸਕੀਏ ਤੁਹਾਨੂੰ ਕੰਸਲਟ ਕਰਦੇ ਕੈਪਟਨ ਸਾਹਿਬ ਕੋਈ ਜ਼ਰੂਰੀ ਮੁੱਦੇ ਹੁੰਦੇ ਉਹਨਾਂ ਜਦੋਂ ਵੀ ਜ਼ਰੂਰੀ ਹੁੰਦਾ ਜਰੂਰ ਅਸੀਂ ਗੱਲ ਕਰਦੇ ਆ ਚਾਹੇ ਮੈਂ ਉਹਨਾਂ ਨਾਲ ਗੱਲ ਕਰਨਾ ਚਾਹੇ ਉਹ ਮੇਰੇ ਨਾਲ ਗੱਲ ਕਰਨਾ ਅਸੀਂ ਕਰਦੇ ਹਰ ਮੁੱਦੇ ਦੇ ਉੱਤੇ ਗੱਲ ਆਪਣੇ ਸਪੋਰਟਰਸ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਕਿਸੇ ਰੋਲ 'ਚ ਦੇਖਣਾ ਚਾਹੁੰਦੇ ਆ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਸਾਨੂੰ ਐਕਸੈਪਟ ਕਰਨਾ ਚਾਹੀਦਾ ਲੋਕਾਂ ਦਾ ਫਤਵਾ ਜਿੱਤਾਂ ਹਾਰਾਂ ਕੋਈ ਛੋਟੀਆਂ ਵੱਡੀਆਂ ਇਹ ਤਾਂ ਰੋਟੀਨ ਮਾਮਲਾ ਹੁੰਦਾ ਇਸ ਦਾ పార్ਟ ਆਫ ਲਾਈਫ ਹੈਗਾ ਇਹ ਚੱਲਦਾ ਰਹਿੰਦਾ ਮੈਂ ਬਹੁਤ ਵਾਰ ਸੰਘਰਸ਼ਾਂ 'ਚ ਮੈਂ ਜੰਮੀ ਪਈ ਇਹਨਾਂ ਸੰਘਰਸ਼ਾਂ 'ਚ ਜਿੱਤਾਂ ਵੀ ਆਈਆਂ ਹਾਰਾਂ ਵੀ ਆਈਆਂ ਲੜਾਈਆਂ ਵੀ ਆਈਆਂ ਰਾਜ ਵੀ ਆਏ ਸਭ ਕੁਝ ਆਏ ਨੇ ਮੈਨੂੰ ਜੇ ਕੋਈ ਫਰਕ ਨਹੀਂ ਪੈਂਦਾ ਤਾਂ ਮੇਰੇ ਵਰਕਰਾਂ ਨੂੰ ਵੀ ਕੋਈ ਮਹਿਸੂਸ ਨਹੀਂ ਕਰਨਾ ਚਾਹੀਦਾ ਸਾਨੂੰ ਵੱਡੀ ਗੱਲ ਇਹ ਹੈਗੀ ਐ ਕਿ ਮੈਂ ਹੋਵਾਂ ਨਾ ਹੋਵਾਂ ਤਾਂ ਕੀ ਹੋਇਆ ਜੇ ਮੇਰੇ ਸਾਥੀ ਤਹਨ ਮੇਰੇ ਆਪਣੇ ਤਹਨ ਇਸ ਕਰਕੇ ਸਾਨੂੰ ਪੂਰਾ ਇਸ ਦੇ ਉੱਤੇ ਤਸੱਲੀ ਦੇ ਨਾਲ ਅੱਗੇ ਚੱਲਣਾ ਚਾਹੀਦਾ ਹੈ ਹਰ ਤਰੀਕੇ ਨਾਲ ਆਪਣੀ ਪਾਰਟੀ ਦੀ ਸਰਕਾਰ ਦੀ ਮਦਦ ਕਰਕੇ ਪਾਰਟੀ ਦੀ ਮਦਦ ਕਰਕੇ ਸਾਨੂੰ ਇਕੱਠੇ ਰਹਿਣਾ ਚਾਹੀਦਾ ਹੈ ਦੇਸ਼ ਵਿਦੇਸ਼ ਬੈਠੇ ਜਿਹੜੇ ਪੰਜਾਬੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਤੁਹਾਡੀ ਸਰਕਾਰ ਜਿਹੜੀ ਹੈ ਅਗਲੇ 5 ਸਾਲ ਚ ਲੋਕਾਂ ਦੀ ਕਿਵੇਂ ਸੇਵਾ ਕਰਨ ਵਾਲੀ ਮੈਂ ਤਾਂ ਇਹ ਕਹਿਣਾ ਚਾਹੁੰਨੀ ਆ ਕਈ ਵਾਰੀ ਸਾਡੇ ਭਰਾ ਜਿਹੜੇ ਬਾਹਰ ਬੈਠੇ ਆ ਉਹਨਾਂ ਨੂੰ ਨੇੜੇ ਗਰਾਊਂਡ ਰਿਐਲਿਟੀ ਤਾਂ ਨਹੀਂ ਪਤਾ ਹੁੰਦਾ ਪਿਛਲੀ ਵਾਰ ਵੀ ਸਾਨੂੰ ਜਿਹੜਾ 2007 ਦੇ ਵਿੱਚ ਨੁਕਸਾਨ ਪਹੁੰਚਾਇਆ ਉਦੋਂ ਬਾਹਰਲੇ ਸਾਡੇ ਭਰਾਵਾਂ ਨੂੰ ਲੱਗਿਆ ਕਿ ਪੀਪੀਪੀ ਇਹ ਪਾਰਟੀ ਆ ਰਹੀ ਹੈ ਉਸ ਪਾਸੇ ਉਧਰੋਂ ਸਮਰਥਨ ਇਹਨਾਂ ਨੇ ਆਪਣਾ ਕਰਾਤਾ ਤੇ ਉਸ ਵਕਤ ਕਾਂਗਰਸ ਨੂੰ ਨੁਕਸਾਨ ਹੋਇਆ ਕਾਂਗਰਸ ਨੂੰ ਨੁਕਸਾਨ ਹੋਇਆ ਸੂਬੇ ਨੂੰ ਨੁਕਸਾਨ ਹੋਇਆ ਇਸ ਵਾਰ ਫੇਰ ਇਹਨਾਂ ਨੇ ਆਪਣਾ ਆਮ ਆਦਮੀ ਪਾਰਟੀ ਸਾਡੇ ਕੁਸ਼ੈਦਾਰੀ ਭਰਾਵਾਂ ਨੇ ਉਹਦੇ ਹਮਦਰਦੀ ਦਿਖਾਈ ਜਿਹਦੇ ਕਰਕੇ ਅਸੀਂ ਸਮਝਦੇ ਹਾਂ ਕਿ ਸਾਨੂੰ 12 ਦੇ ਵਿੱਚ ਵੀ ਅਸੀਂ ਆਪਣੀ ਪਾਰਟੀ ਵਧੀਆ ਮਜ਼ਬੂਤ ਸਾਡੀ ਸਰਕਾਰ ਬਣਾ ਕੇ ਚਲਾ ਸਕਦੇ ਸੀਗੇ ਜੇ ਇਹ ਉਦੋਂ ਸੁਲਗਦੇ ਹੋਏ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਤਾਂ ਕੀਤੇ ਹੁੰ ਸੋ ਮੈਨੂੰ ਲੱਗਦਾ ਹੈ ਕਿ ਹੁਣ ਸਾਡੇ ਭਰਾਵਾਂ ਨੂੰ ਸਾਰਿਆਂ ਨੂੰ ਬਾਹਰ ਲਿਆਉਣ ਨੂੰ ਪਤਾ ਲੱਗ ਗਿਆ ਹੈ। ਇਹੀ ਕਾਰਨ ਹੈ ਕਿ ਇਸ ਵਾਰ ਇਹ ਆਮ ਆਦਮੀ ਦੀ ਪਾਰਟੀ ਸਰਕਾਰ ਨਹੀਂ ਬਣ ਸਕੇ ਕਾਂਗਰਸ ਦੀ ਬਣੀ ਹੈ। ਅਸੀਂ ਆਪਣੇ ਭਰਾਵਾਂ ਨੂੰ ਇਹੀ ਕਹਿੰਦੇ ਹਾਂ ਕਿ ਬਾਹਰ ਬੜਾ ਅੱਛਾ ਨਾਂ ਖੱਟਿਆ ਹੈ। ਜਿਵੇਂ ਕੈਨੇਡਾ ਦੇ ਵਿੱਚ ਜਾ ਕੇ ਦੇਖੋ ਕਿਸੇ ਮੁਲਕ ਵਿੱਚ ਦੇਖੋ। ਹਰ ਮੁਲਕਾਂ ਦੇ ਵਿੱਚ ਸਾਡੇ ਪੰਜਾਬੀ ਤਰੱਕੀਆਂ ਕਰ ਰਹੇ ਹੈ। ਪੋਲੀਟਿਕਲ ਐਂਗਲ ਤੇ, ਬਿਜ਼ਨਸ ਕਾਰੋਬਾਰੀਆਂ ਥਾਂ ਤੇ ਔਰ ਚਾਹੇ ਉਹ ਡਾਕਟਰੀ ਲਾਈਨਾ ਉਸਮਾਨ ਦੇ ਪ੍ਰੋਫੈਸ਼ਨਲ ਤੇ ਕਿਤੇ ਦੇ ਉਹਨਾਂ ਸਾਰਿਆਂ ਥਾਂਾਂ ਤੇ ਮੱਲਾ ਮਾਰੀਆਂ ਪੰਜਾਬੀਆਂ ਨੇ। ਸਾਨੂੰ ਖੁਸ਼ੀ ਲੱਗਦੀ ਹੈ। ਬਾਹਰ ਜਾ ਕੇ ਬਹੁਤ ਸਾਰੇ ਮੁਲਕਾਂ ਨੇ ਦੇ ਦੇ ਕਿ ਜਿਵੇਂ ਪੰਜਾਬ ਦਾ ਹੀ 파ਟ ਹੋਵੇ ਉਹ ਦੇਸ਼ ਦੇ ਵਿੱਚ ਸੋ ਉੱਥੇ ਭਾਈਚਾਰਾ ਕਾਇਮ ਰੱਖਣਾ ਆਪਸੀ ਭਾਈਚਾਰਾ ਕਾਇਮ ਰੱਖਣਾ ਆਪਣੇ ਸਿਧਾਂਤਾਂ ਨੂੰ ਕਾਇਮ ਰੱਖਣਾ ਆਪਣੇ ਵਿਸ਼ੋਕਾਂ ਨੂੰ ਯਾਦ ਰੱਖਣਾ ਔਰ ਆਪਣੇ ਪੰਜਾਬ ਦੀ ਸੁਖ ਮੰਨਣਾ ਦੇਸ਼ ਦੀ ਸੁਖ ਮੰਨਣਾ ਇਹੀ ਮੇਰੀ ਉਹਨਾਂ ਨੂੰ ਅਪੀਲ ਹੈ ਅਕਾਲਪੁਰ ਕਾ ਗਿਰਦਾਸ ਹੈ ਕਿ ਸਾਡੇ ਸਾਰੇ ਭਾਈਚਾਰੇ ਨੂੰ ਮਜ਼ਬੂਤੀ ਨਾਲ ਕਾਇਮ ਰੱਖਣਾ ਹੈ ਥੈਂਕ ਯੂ ਇਹਸਾਨ ਬੇਬੀ ਰਜਿੰਦਰ ਕੌਰ ਪੱਠਲ ਜੇਲ੍ਹ ਚੇਨਾ ਦਾ ਜਨਮ ਹੋਇਆ ਸੀ ਔਰ ਨਾਸਨਾ ਸੁਵਿਚਨਾ ਦੇ ਸੰਘਰਸ਼ ਜਿਹੜਾ ਹੈ ਉਹ ਦੌੜਦਾ ਹੈ ਔਰ ਉਹਨਾਂ ਦਾ ਕਹਿਣਾ ਕਿ ਹਾਲਾਂਕਿ ਉਹ ਇਸ ਵਾਰ ਨਹੀਂ ਜਿੱਤੇ ਉਹ ਲੋਕਾਂ ਦਾ ਜਿਹੜਾ ਫਤਵਾ ਉਹਨੂੰ ਸਿਰ ਮੱਥੇ ਲਾਉਂਦੇ ਨੇ ਔਰ ਉਮੀਦ ਕਰਦੇ ਆ ਕਿ ਜਿਉ ਉਹਨਾਂ ਦਾ ਐਕਸਪੀਰੀਅੰਸ ਹੈ ਪੰਜਾਬ ਦੀ ਸਿਆਸਤ ਵਿੱਚ ਔਰ ਖਾਸ ਕਰ ਉਹਨਾਂ ਨੂੰ ਆਇਰਨ ਲੇਡੀ ਕਿਹਾ ਜਾਂਦਾ ਪੰਜਾਬ ਸਿਆਸਤ ਵਿੱਚ ਉਮੀਦ ਕਰਦੇ ਆ ਕਿ ਸਰਕਾਰ ਉਹਨਾਂ ਦੇ ਸਵਾਵਾ ਲੈਂਦੀ ਰਹੇਗੀ ਔਰ ਪੰਜਾਬ ਦਾ ਜਿਹੜਾ ਪ੍ਰਵਿੱਖ ਤਿਆ ਕਰਨ ਵਿੱਚ ਔਰ ਉਹਦੀ ਸੇਵਾ ਕਰਨ ਵਿੱਚ ਪੂਰਾ ਯੋਗਦਾਨ ਦੇ ਬਾਂਦੇ ਰਹਿਣਗੇ